ਭਾਜੀ ਦੇਖੋ ਉਹਨਾਂ ਨੇ ਵੀ ਕਰਵਾਏ ਬਣਾਏ ਆ ਤੇ ਹੁਣ ਆਹ ਗਲੀਆਂ ਪਹਿਲਾਂ ਦੀ ਬਣੀਆਂ ਆ ਤੇ ਅਸੀਂ ਜਿਹੜੇ ਸਾਡੇ ਵਾਲੇ ਜਿਹੜੇ ਬਣਾਏ ਸਾਡੇ ਇੰਟਰਲੋਕ ਲੱਗੀ ਹੈ ਕੋਈ ਸੀਮਟ ਵਾਲੀ ਗਲੀ ਨਹੀਂ ਬਣੀ ਹੈਗੀ ਹਾਂਜੀ ਸਾਡੇ ਸ਼ਮਸ਼ਾਨ ਘਾਟ ਹੈਗਾ ਉਹ ਸਾਡੇ ਕੋਲ ਗ੍ਰਾਂਟ ਨਹੀਂ ਆਈ ਹੈਗੀ ਗ੍ਰਾਂਟ ਆਏਗੀ ਤਾਂ ਅਸੀਂ ਸ਼ਮਸ਼ਾਨ ਘਾਟ ਬਣਾਵਾਂਗੇ ਨਾ ਚਲਾਉਂਦੇ ਆ ਜਾਂ ਫਿਰ ਅਸੀਂ ਨਰੇਗਾ 'ਚ ਭਾਜੀ ਕਰਵਾਈ ਜਿਹੜੀ ਥੋੜ੍ਹੀ ਅੱਧੀ ਪਹਿਲਾਂ ਬਣੀ ਪਈ ਸੀ ਪਹਿਲੇ ਸਰਪੰਚ ਵਾਲੀ ਜਿਹੜੀ ਬਸਤੀ ਅਸੀਂ ਬਣਾਉਣੀ ਸ਼ੁਰੂ ਕੀਤੀ ਉਹਦੀ ਨਰੇਗਾ ਲਾਈ ਸੀ ਉਹ ਫਿਰ ਨਰੇਗਾ ਦੇ ਫਿਰ ਪੈਸੇ ਨਹੀਂ ਸੀ ਉਹਦੇ ਪਿੱਛੇ ਉਹਦੇ ਤਾਂ ਤੁਹਾਨੂੰ ਪਤਾ ਵੀ ਅਗਲੇ ਪੈਸੇ ਮੰਗਦੇ ਸੀ ਆਪਣੇ ਕੋਲ ਪੈਸੇ ਦੇ ਕੇ ਮਿਸਤਰੀਆਂ ਨੂੰ ਵੀ ਦਿੱਤੇ ਆ ਤਾਂ ਲੇਬਰ ਨੂੰ ਵੀ ਪੈਸੇ ਦਿੱਤੇ ਸੀ ਮੁੜ ਕੇ ਫਿਰ ਅਸੀਂ ਠੇਕੇ ਦੇ ਦਿੱਤੀ ਆ ਬਾਕੀ ਥੋੜ੍ਹੀ ਜਿਹੀ ਤੂੰ ਕੀ ਗੱਲ ਦਿੱਤਾ ਆ ਸ਼ਮਸ਼ਾਨ ਘਾਟ ਵੀ ਦੇਖ ਹੀ ਚੁੱਕੇ ਆ ਤੇ ਜਿਹੜੇ ਬਣੇ ਆ ਹਲੇ ਫਰਸ਼ਬੰਦੀ ਰਹਿੰਦੀ ਆ ਉਸ ਤੋਂ ਬਾਅਦ ਪੈਸਾ ਡੋਂਗਲਾਂ ਦੇ ਥਰੂ ਆਉਂਦਾ ਉਹ ਬੜਾ ਔਖਾ ਹੁਣ ਕਹਿੰਦੇ ਆ ਕਿ ਐਸਟੀਮੇਟ ਲਾਵੋ ਬੜਾ ਐਸਟੀਮੇਟ ਲਾਵਾਂਗੇ ਤੇ ਐਸ ਡੀ ਓ ਤੋਂ ਪਾਸ ਹੋਊਗਾ ਛੋਟੇ ਛੋਟੇ ਐਸਟੀਮੇਟ ਲਾ ਕੇ ਗਲੀਆਂ ਨਾਲੀਆਂ ਦੇ ਕੰਮ ਕਰਾਵਾਂਗੇ ਅਤੇ ਜੇ ਸ਼ਮਸ਼ਾਨ ਘਾਟ ਦੇ ਦੋਨਾਂ ਦੀ ਡਿਮਾਂਡ ਕੀਤੀ ਆ ਕਿ ਸਾਨੂੰ ਪੈਸੇ ਚਾਹੀਦੇ ਆ ਕੰਮ ਫਰਸ਼ਬੰਦੀ ਕਰ ਲਈਏ ਪਰ ਉਹ ਹਾਲੇ ਤੱਕ ਪਾਸ ਨਹੀਂ ਹੋਈ ਓਕੇ ਇੱਕੋ ਨੂੰ ਦੇਖੋ ਜਿੱਦਾਂ ਹੁਣ ਗਲੀਆਂ ਨਾਲੀਆਂ ਨਾ ਉਹ ਥੋੜ੍ਹਾ ਆਪਣੇ 'ਤੇ ਵੀ ਡਿਪੈਂਡ ਕਰਦਾ ਹੈ ਪੰਚਾਇਤ ਨੇ ਵੰਡ ਆਉਣਾ ਵੰਡ ਲਾਈ ਜਾਣਾ ਖਰਚੀ ਜਾਣਾ ਬਾਕੀ ਆਪਣੇ 'ਤੇ ਡਿਪੈਂਡ ਕਰਦਾ ਕਿੱਦਾਂ ਯੂਜ਼ ਕਰਨੇ ਆ ਠੀਕ ਆ ਨਾ ਬਾਕੀ ਮਟੀਰੀਅਲ ਜਿੱਦਾਂ ਹੁਣ ਪੁਰਾਣੀਆਂ ਸੜਕਾਂ ਬਣੀਆਂ ਉਹਦੀ ਅਸੀਂ ਕੋਈ ਗਰੰਟੀ ਨਹੀਂ ਦਿੰਦੀ ਜਿਹੜੇ ਸਾਡੇ ਅੱਜ ਕੱਲ੍ਹ 'ਚ ਬਣੀਆਂ ਉਹਦਾ ਤਾਂ ਫਿਰ ਵੀ ਧਿਆਨ ਹੈਗਾ ਵਾ ਪੰਜਾਬੀਆਂ ਦੀ ਆਵਾਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਹੀ ਸਵਾਗਤ ਹੈ ਮੈਂ ਹਾਂ ਅਮਨਪ੍ਰੀਤ ਲੈ ਕੇ ਆਇਆ ਪਿੰਡ ਲੋਹਾਰਾ ਮਾਨਕਰੇ ਤੇ ਤੁਹਾਨੂੰ ਦੱਸ ਦਈਏ ਕਿ ਇਸ ਪਿੰਡ ਦੇ ਸਰਪੰਚ ਸਾਹਿਬ ਨਾਲ ਗੱਲਬਾਤ ਕਰਾਂਗੇ ਉਸ ਪਿੰਡ ਦੀ ਪੰਚਾਇਤ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਨੂੰ ਪੁੱਛਾਂਗੇ ਇਸ ਪਿੰਡ ਦੀ ਸਮੱਸਿਆ ਬਾਰੇ ਜਿਵੇਂ ਤੁਹਾਨੂੰ ਪਤਾ ਕਿ ਅਸੀਂ ਹਰ ਪਿੰਡ ਦੀ ਕੋਈ ਨਾ ਕੋਈ ਨਵੀਂ ਤੋਂ ਨਵੀਂ ਸਮੱਸਿਆਵਾਂ ਤੁਹਾਨੂੰ ਮਤਲਬ ਰੂਬਰੂ ਕਰਾਉਂਦੇ ਰਹਿੰਦੇ ਹਾਂ ਅਤੇ ਇਸ ਪਿੰਡ ਦੇ ਜਿਹੜੇ ਕੰਮ ਨੇ ਤੁਹਾਨੂੰ ਉਹ ਵੀ ਦਿਖਾਉਂਦੇ ਰਹਿੰਦੇ ਹਾਂ ਕਿ ਇਸ ਪਿੰਡ ਦੇ ਕਿਹੜੇ ਕਿਹੜੇ ਪਿੰਡਾਂ ਵਿੱਚ ਕੰਮ ਹੋਏ ਨੇ ਤਾਂ ਆਓ ਅੱਜ ਤੁਹਾਨੂੰ ਇੱਕ ਹੋਰ ਪਿੰਡ ਦੇ ਨਾਲ ਰੂਬਰੂ ਕਰਾਉਂਦੇ ਹਾਂ ਅਤੇ ਇਸ ਪਿੰਡ ਦੇ ਪੰਚਾਇਤਾਂ ਨਾਲ ਵੀ ਮਿਲਾਉਂਦੇ ਹਾਂ ਅਤੇ ਪੁੱਛਦੇ ਹਾਂ ਕਿ ਕਿਹੜੇ ਕਿਹੜੇ ਕੰਮ ਹੋ ਗਏ ਹੋਏ ਆ ਆਓ ਜੀ ਸਰਪੰਚ ਸਾਹਿਬ ਨਾਲ ਗੱਲਬਾਤ ਕਰੀਏ ਅਤੇ ਪੁੱਛਦੇ ਹਾਂ ਉਹਨਾਂ ਨੂੰ ਕੰਮਾਂ ਕਾਰਾਂ ਬਾਰੇ ਸਤਿ ਸ਼੍ਰੀ ਅਕਾਲ ਸਰਪੰਚ ਸਾਹਿਬ ਉੱਚੀ ਬੋਲੋ ਜੀ ਥੋੜ੍ਹਾ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਜੀ ਆਪਣਾ ਕੁਲਵਿੰਦਰ ਕੌਰ ਤੁਸੀਂ ਫਸਟ ਟਾਈਮ ਸਰਪੰਚ ਬਣੇ ਹੋ ਹਾਂਜੀ ਹਾਂਜੀ ਕਿੱਦਾਂ ਲੱਗ ਰਿਹਾ ਦੇਖੋ ਠੀਕ ਲੱਗਦਾ ਅਜੇ ਤੱਕ ਤਾਂ ਜਿੰਨਾ ਕਾਈ ਕੀਤਾ ਉਹਨਾਂ ਕਦੇ ਠੀਕ ਆ ਬਾਕੀ ਪਿੰਡ ਤੇ ਡਿਪੈਂਡ ਹੁੰਦਾ ਪਿੰਡ ਤੇ ਡਿਪੈਂਡ ਹੁੰਦਾ ਅੱਛਾ ਜਿਹੜੇ ਤੁਸੀਂ ਵੈਸੇ ਇਸ ਤੋਂ ਪਹਿਲਾਂ ਕਿਹੜੇ ਕਿਹੜੇ ਕੰਮ ਤੁਸੀਂ ਕਰਵਾਤੇ ਹੋਏ ਪਿੰਡ ਦੇ ਵਿੱਚ ਅਸੀਂ ਇਹ ਗਲੀਆਂ ਥੋੜ੍ਹੀ ਜਿਹੀਆਂ ਗਲੀਆਂ ਬਣਵਾਈਆਂ ਇੱਕ ਫਿਰਨੀ ਸੀ ਸਾਡੀ ਰਹਿੰਦੀ ਉਹ ਅਸੀਂ ਪੂਰੀ ਕਰਵਾਈ ਇੱਕ ਫਿਰ ਆਹ ਧਰਮੀਆਂ ਦੇ ਸ਼ਮਸ਼ਾਨ ਘਾਟ ਦੇ ਅਸੀਂ ਉਹ ਬਣਵਾਇਆ ਬਾਕੀ ਛੋਟੀਆਂ ਛੋਟੀਆਂ ਗਲੀਆਂ ਬਣਵਾਈਆਂ ਥੋੜ੍ਹੇ ਜਿਹਾ ਅਸੀਂ ਪੈਪ ਵੀ ਪਵਾਏ ਆ ਹੁਣ ਵੀ ਪੈਸੇ ਆਉਣਗੇ ਤਾਂ ਨਾਲੀਆਂ 'ਚ ਪੈਪ ਥੋੜ੍ਹੇ ਜਿਹੇ ਪਾਉਣ ਵਾਲੇ ਰਹਿੰਦੇ ਆ ਨਾਲੀਆਂ ਬਣਾਉਣੀਆਂ ਰਹਿੰਦੀਆਂ ਚਲੋ ਪੈਸੇ ਉਹਨਾਂ ਤੋਂ ਬੜਾ ਕੁਛ ਲੈਟਾਂ ਵਾਲੇ ਵਾਸਤੇ ਪੈਸੇ ਆਏ ਹਜੇ ਤੱਕ ਨਹੀਂ ਆਏ ਸਾਡੇ ਕੌਣ 'ਚ ਜਦੋਂ ਆਉਣਗੇ ਤਾਂ ਫਿਰ ਲੈਟਾਂ ਵੀ ਲਗਾਉਣਗੇ ਲਗਾਵਾਂਗੇ ਓਕੇ ਅੱਛਾ ਜਿਹੜੇ ਤੁਸੀਂ ਕੰਮ ਕਰਵਾਤੇ ਆ ਤੁਸੀਂ ਵੈਸੇ ਸੰਤੁਸ਼ਟ ਹੋ ਨਾ ਕੰਮਾਂ ਤੋਂ ਹਾਂਜੀ ਅਸੀਂ ਤਾਂ ਆਪਣੇ ਵੱਲੋਂ ਭਾਜੀ ਪੂਰੇ ਕੀਤੇ ਆ ਤਸੱਲੀ ਨਾਲ ਕੀਤੇ ਆ ਜਿਹੜੀਆਂ ਪੰਚਾਇਤਾਂ ਪਹਿਲਾਂ ਗਈਆਂ ਤੁਹਾਡੇ ਤੋਂ ਪਹਿਲਾਂ ਇਹਨੀਆਂ ਹੋ ਕੇ ਗਈਆਂ ਉਹਨਾਂ ਨੇ ਉਹਨਾਂ ਗਲੀਆਂ ਵੱਲ ਜਾਂ ਨਾਲੀਆਂ ਵੱਲ ਜਾਂ ਸ਼ਮਸ਼ਾਨ ਘਾਟ ਵੱਲ ਧਿਆਨ ਨਹੀਂ ਸੀ ਦਿੱਤਾ ਜਾਂ ਫਿਰ ਉਹਨਾਂ ਤੋਂ ਹੋ ਹੀ ਨਹੀਂ ਪਾ ਰਿਹਾ ਨਹੀਂ ਭਾਜੀ ਦੇਖੋ ਉਹਨਾਂ ਨੇ ਵੀ ਕਰਵਾਏ ਬਣਾਏ ਆ ਤੇ ਹੁਣ ਆਹ ਗਲੀਆਂ ਪਹਿਲਾਂ ਦੀਆਂ ਬਣੀਆਂ ਆ ਤੇ ਅਸੀਂ ਜਿਹੜੇ ਸਾਡੇ ਵਾਲੇ ਜਿਹੜੇ ਬਣਾਏ ਸਾਡੇ ਇੰਟਰਲੋਕ ਲੱਗੀ ਆ ਕੋਈ ਸੀਮਟ ਵਾਲੀ ਗਲੀ ਨਹੀਂ ਬਣੀ ਹੈਗੀ ਹਾਂਜੀ ਸਾਡੇ ਸ਼ਮਸ਼ਾਨ ਘਾਟ ਹੈਗਾ ਉਹ ਸਾਡੇ ਕੋਲ ਗ੍ਰਾਂਟ ਨਹੀਂ ਆਈ ਹੈਗੀ ਗ੍ਰਾਂਟ ਆਏਗੀ ਤਾਂ ਅਸੀਂ ਸ਼ਮਸ਼ਾਨ ਘਾਟ ਬਣਾਵਾਂਗੇ ਨਾ ਓਕੇ ਤੇ ਜੇ ਗੱਲ ਕਰੀਏ ਤੇ ਜਿਹੜੀ ਤੁਹਾਡੇ ਪਿੰਡ ਦੀ ਨਰੇਗਾ ਆ ਉਹ ਕਿੰਨੇ ਕੁ ਟਾਈਮ ਬਾਅਦ ਕੰਮ ਕਰਦੀ ਆ ਮਤਲਬ ਕਿੰਨੇ ਕੁ ਟਾਈਮ ਬਾਅਦ ਉਹਦਾ ਮਾਸਟਰ ਰੋਲ ਆ ਜਾਂਦਾ ਮਾਸਟਰ ਰੋਲ ਤਾਂ ਕਦੀ ਦੋ ਦੋ ਮਹੀਨੇ ਤਿੰਨ ਤਿੰਨ ਮਹੀਨੇ ਵੀ ਹੁਣ ਤਾਂ ਕਾਫੀ ਟਾਈਮ ਹੋ ਗਿਆ 6 ਮਹੀਨੇ ਹੋ ਗਏ ਸਾਨੂੰ ਕੋਈ ਕੰਮ ਨਹੀਂ ਦਿੱਤਾ ਉਹਨਾਂ ਨੇ 6 ਮਹੀਨੇ ਹੋ ਗਏ ਆ ਤੇ ਫਿਰ ਪਿੰਡ ਦਾ ਜਿਹੜਾ ਮੇਨਟੇਨੈਂਸ ਆ ਜਿਹੜੀ ਫਿਰਨੀ ਆ ਉਹਦਾ ਕੰਮ ਆ ਉਹ ਕਿਸ ਤਰ੍ਹਾਂ ਤੁਸੀਂ ਲੀਡ ਕਰਦੇ ਆ ਪੱਲਿਓ ਲਾਉਂਦੇ ਆ ਜਾਂ ਫਿਰ ਅਸੀਂ ਨਰੇਗਾ 'ਚ ਭਾਜੀ ਕਰਵਾਈ ਜਿਹੜੀ ਥੋੜ੍ਹੀ ਅੱਧੀ ਪਹਿਲਾਂ ਬਣੀ ਪਈ ਸੀ ਪਹਿਲੇ ਸਰਪੰਚ ਵਾਲੀ ਜਿਹੜੀ ਬਸਤੀ ਅਸੀਂ ਬਣਾਉਣੀ ਸ਼ੁਰੂ ਕੀਤੀ ਉਹਦਾ ਨਰੇਗਾ ਲਾਈ ਸੀ ਉਹ ਫਿਰ ਨਰੇਗਾ ਦੇ ਫਿਰ ਪੈਸੇ ਨਹੀਂ ਸੀ ਉਹਦੇ ਪਿੱਛੇ ਆਉਂਦੇ ਤਾਂ ਤੁਹਾਨੂੰ ਪਤਾ ਵੀ ਅਗਲੇ ਪੈਸੇ ਮੰਗਦੇ ਸੀ ਆਪਣੇ ਕੋਲ ਵੀ ਪੈਸੇ ਦੇ ਕੇ ਮਿਸਤਰੀਆਂ ਨੂੰ ਵੀ ਦਿੱਤੇ ਆ ਤਾਂ ਲੇਬਰ ਨੂੰ ਵੀ ਪੈਸੇ ਦਿੱਤੇ ਸੀ ਮੁੜ ਕੇ ਫਿਰ ਅਸੀਂ ਠੇਕੇ ਦੇ ਦਿੱਤੀ ਆ ਬਾਕੀ ਜਿਹੜੀ ਥੋੜ੍ਹੀ ਸੀ ਅਸੀਂ ਜੋ ਠੇਕੇ ਦਿੱਤੇ ਓਕੇ ਸਾਰੇ ਪਿੰਡ ਦੇ ਕੰਮ ਤੁਸੀਂ ਆਪ ਦੇਖਦੇ ਆ ਜਾਂ ਫਿਰ ਤੁਹਾਡੇ ਨਾਲ ਤੁਹਾਡੇ ਹਸਬੈਂਡ ਸਪੋਰਟ ਵਿੱਚ ਖੜੇ ਆ ਹਾਂਜੀ ਉਹ ਵੀ ਦੇਖਦੇ ਆ ਮੈਂ ਵੀ ਦੇਖਦੀ ਆ ਫਿਰ ਅੰਦਰੇਗਾ ਵਾਲੇ ਮੈਡਮ ਵੀ ਜਾਂਦੇ ਓਕੇ ਮਤਲਬ ਤੁਸੀਂ ਰਲ ਮਿਲ ਕੇ ਸਾਰੇ ਕੰਮ ਕਰਦੇ ਆ ਜਿਹੜੀ ਤੁਹਾਡਾ ਪੰਚਾਇਤ ਸੈਕਟਰੀ ਹੈਗਾ ਉਹ ਤੁਹਾਡੇ ਨਾਲ ਪਿੰਡ ਦੇ ਵਿੱਚ ਕਿੰਨੇ ਟਾਈਮ ਟੂ ਟਾਈਮ ਆ ਜਾਂਦੇ ਆ ਸੈਕਟਰੀ ਤਾਂ ਤੁਰਿਆ ਰਹਿੰਦਾ ਜੇ ਦੇਖੀ ਜਾਵੋ ਤਾਂ ਪਰ ਕੰਮ ਕੋਈ ਹੈ ਨਹੀਂ ਉਹਦਾ ਉਹਦਾ ਤਾਂ ਰੋਜ਼ ਹੀ ਮੈਂ ਉਹਨੂੰ ਸੱਦ ਲਓ ਸੈਕਟਰੀ ਨੂੰ ਅੱਛਾ ਉਹ ਸੈਕਟਰੀ ਸਾਡਾ ਬਿੱਲ ਹੈ ਕੰਮ ਨਹੀਂ ਕਰਾਉਂਦਾ ਕੋਈ ਕੰਮ ਨਹੀਂ ਕਰਾਉਂਦਾ ਅੱਛਾ ਜੇ ਇਸ ਤੋਂ ਇਲਾਵਾ ਜੇ ਗੱਲ ਕਰੀਏ ਤੇ ਲਾਸਟ ਮਤਾ ਤੁਸੀਂ ਕਿਹੜਾ ਪਾਇਆ ਸੀਗਾ ਜਿਹੜਾ ਹਾਲੇ ਤੱਕ ਪਾਸ ਨਹੀਂ ਹੋਇਆ 11 ਮਹੀਨਾ ਸਰਕਾਰ ਨੂੰ ਬਣੀ ਨੂੰ ਹੋ ਗਿਆ ਕਿ ਇਹੋ ਜਿਹਾ ਕਿਹੜਾ ਮਤਾ ਤੁਸੀਂ ਪਾਇਆ ਹੋਇਆ ਲਾਸਟ ਵਿੱਚ ਲਾਸਟ ਵਿੱਚ ਭਾਜੀ ਅਸੀਂ ਪਾਏ ਸੀ ਨਾਲੀ ਗਲੀਆਂ ਦੇ ਵਿੱਚ ਪੈਪ ਪਾਉਣੇ ਤਾਂ ਇੱਕ ਸਾਡਾ ਸ਼ਮਸ਼ਾਨ ਘਰ ਦਾ ਕੰਮ ਸੀ ਫਿਰ ਨਹੀਂ ਤਾਂ ਸਾਡਾ
ਸ਼ਮਸ਼ਾਨ ਘਾਟ ਦਾ ਨਹੀਂ ਕੰਮ ਹੋਇਆ ਸਾਡਾ। ਓਕੇ ਅੱਛਾ ਇੱਕ ਗੱਲ ਹੋਰ ਕੀ ਤੁਹਾਡੇ ਤੋਂ ਇੱਕ ਸਾਲ ਨਹੀਂ ਹੁਣ 11 ਮਹੀਨੇ ਰਹਿ ਗਏ ਤੁਹਾਡੇ ਤੋਂ, ਤੁਹਾਨੂੰ ਕੀ ਲੱਗਦਾ ਕਿ ਜਿਹੜਾ ਕੰਮ ਪੈਂਡਿੰਗ ਪਿਆ ਵਾ ਉਹ 11 ਮਹੀਨਿਆਂ ਵਿੱਚ ਕੰਪਲੀਟ ਹੋ ਜਾਊਗਾ? ਦੇਖੋ ਸਾਰੇ ਇੱਥੇ ਪੈਸੇ 'ਤੇ ਡਿਪੈਂਡ ਕਰਦਾ ਨਾ, ਜੇ ਤਾਂ ਪੈਸਾ ਅੱਜ ਆ ਜਾਵੇ ਸਾਡੇ ਕੋਲ ਤਾਂ ਅਸੀਂ ਅੱਜ ਸ਼ੁਰੂ ਕਰਵਾ ਦਿੰਦੇ। ਪਿੰਡ ਦੇ ਲੋਕ ਤੁਹਾਡੇ ਨਾਲ ਕਿੰਨਾ ਕੁ ਸਹਿਯੋਗ ਕਰਦੇ ਆ? ਸਾਡੇ ਨਾਲ ਸਹਿਮਤ ਹੀ ਆ ਸਾਰੇ ਭਾਜੀ। ਠੀਕ ਹੈ ਓਕੇ, ਤੁਸੀਂ ਪਿੰਡ ਵਾਲ ਦਾ ਕੀ ਧੰਨਵਾਦ ਕਰਨਾ ਚਾਹੁੰਦੇ ਆ? ਅਸੀਂ ਤਾਂ ਇਹ ਕਹਿੰਦੇ ਰਲ ਮਿਲ ਕੇ ਚਲੋ ਟਾਈਮ ਜਿੰਨਾ ਕੁ ਅਸੀਂ ਕਰ ਦਿੱਤਾ ਜਾਂ ਪਿੱਛੇ ਲੈ ਕੇ ਕਰ ਦਿੱਤਾ ਅਸੀਂ ਕਹਿੰਦੇ ਸਾਡੇ ਨਾਲ ਸਾਰੇ ਘਰ ਮਿਲ ਕੇ ਸਹਿਮਤ ਨਾਲ ਹੋਈਏ। ਠੀਕ ਹੈ ਸ਼ੁਕਰੀਆ ਜੀ, ਆਓ ਉਹਨਾਂ ਦੇ ਹਸਬੈਂਡ ਨਾਲ ਵੀ ਗੱਲਬਾਤ ਕਰੀਏ। ਸਤਿ ਸ਼੍ਰੀ ਅਕਾਲ ਸਰ। ਉੱਚੀ ਬੋਲੋ ਜੀ ਉੱਚੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਸਰ ਆਪਣਾ? ਨਰਿੰਦਰ ਸਿੰਘ। ਹਾਂਜੀ ਨਰਿੰਦਰ ਸਿੰਘ। ਨਰਿੰਦਰ ਸਿੰਘ ਅੱਛਾ ਸਰ, ਇਸ ਤੋਂ ਇਲਾਵਾ ਜੀ ਗੱਲ ਕਰੀਏ ਤਾਂ ਤੁਹਾਡੇ ਪਿੰਡ ਦੇ ਵਿੱਚ ਜਿਹੜੇ ਮੈਡਮ ਨੇ ਕੰਮ ਦੱਸੇ ਆ, ਤੁਹਾਨੂੰ ਕੀ ਲੱਗਦਾ ਉਹਨਾਂ ਕੰਮਾਂ ਦੀ ਜਿਹੜੀ ਵੈਲਿਊ ਆ ਕਿੰਨੇ ਸਾਲ ਤੱਕ ਆ? ਉਹ ਤਾਂ ਘੱਟ ਤੋਂ ਘੱਟ 10 ਸਾਲ ਤੱਕ ਤਾਂ ਹੈ। 10 ਸਾਲ ਤੱਕ ਗਲੀਆਂ ਕਿਤੇ ਨਹੀਂ ਜਾਣਗੀਆਂ? ਨਹੀਂ ਜਾਣਗੀਆਂ। ਅੱਛਾ ਜਿਹੜੀਆਂ ਤੁਸੀਂ ਇਸ ਵੇਲੇ ਗਲੀਆਂ ਦਿਖਾਈਆਂ ਵਾ, ਮੌਕਾ ਦਿਖਾਇਆ ਵਾ ਜਾਂ ਸ਼ਮਸ਼ਾਨ ਘਾਟ ਹੋ ਗਿਆ ਜਾਂ ਫਿਰ ਕੀ ਜਿਹੜੀਆਂ ਕਮੀਆਂ ਤੁਸੀਂ ਦਿਖਾਈਆਂ ਵਾ, ਕਿੰਨੇ ਕੁ ਟਾਈਮ ਦੇ ਵਿੱਚ ਪੂਰੀਆਂ ਹੋ ਜਾਣਗੀਆਂ? ਕੁਝ ਹੀ ਗੱਲ ਇੱਦਾਂ ਆ ਕਿ ਸ਼ਮਸ਼ਾਨ ਘਾਟ ਵੀ ਦੇਖ ਹੀ ਚੁੱਕੇ ਹਾਂ ਅਤੇ ਜਿਹੜੇ ਬਣੇ ਆ ਹਾਲੇ ਫਰਸ਼ਬੰਦੀ ਰਹਿੰਦੀ ਆ, ਉਸ ਤੋਂ ਬਾਅਦ ਪੈਸਾ ਡੋਂਗਲਾਂ ਦੇ ਥਰੂ ਆਉਂਦਾ, ਉਹ ਬੜਾ ਔਖਾ। ਹੁਣ ਕਹਿੰਦੇ ਆ ਕਿ ਐਸਟੀਮੇਟ ਲਾਵੋ, ਬੜਾ ਐਸਟੀਮੇਟ ਲਾਵਾਂਗੇ ਅਤੇ ਐਸ ਡੀ ਓ ਤੋਂ ਪਾਸ ਹੋਊਗਾ, ਛੋਟੇ ਛੋਟੇ ਐਸਟੀਮੇਟ ਲਾ ਕੇ ਗਲੀਆਂ ਨਾਲੀਆਂ ਦੇ ਕੰਮ ਕਰਾਵਾਂਗੇ। ਅਤੇ ਜੇ ਸ਼ਮਸ਼ਾਨ ਘਾਟ ਦੇ ਦੋਨਾਂ ਦੀ ਡਿਮਾਂਡ ਕੀਤੀ ਆ ਕਿ ਸਾਨੂੰ ਪੈਸੇ ਚਾਹੀਦੇ ਆ, ਕੰਮ ਫਰਸ਼ਬੰਦੀ ਕਰ ਲਈਏ, ਪਰ ਉਹ ਹਾਲੇ ਤੱਕ ਪਾਸ ਨਹੀਂ ਹੋਏ। ਓਕੇ ਅੱਛਾ ਸਰ, ਜੇ ਗੱਲ ਕਰੀਏ ਤਾਂ ਕਈ ਪਿੰਡਾਂ ਦੇ ਵਿੱਚ ਇਹੀ ਜਾਈਦਾ ਪੁੱਛੀਦਾ ਵਾ ਲੋਕਾਂ ਨੂੰ, ਅਤੇ ਜਦੋਂ ਸਰਪੰਚਾਂ ਦੇ ਘਰਾਂ ਵਿੱਚ ਕੋਈ ਕੰਮ ਚੱਲਦਾ ਤਾਂ ਲੋਕ ਇਹ ਕਹਿੰਦੇ ਆ ਕਿ ਸਰਪੰਚਾਂ ਦੇ ਗ੍ਰਾਂਟ ਲਾ ਲਈ, ਤੁਹਾਨੂੰ ਕੀ ਲੱਗਦਾ ਇਸ ਬਾਰੇ ਕਿ ਖਾਣਾ ਸੌਖਾ ਇੰਨਾ ਹੈਗਾ? ਤੁਹਾਨੂੰ ਦੱਸਣ ਲੱਗਾ ਕਿ ਆ ਕਰੋਨਾ ਦੇ ਵਿੱਚ ਮੈਂ ਟਾਈਲਾਂ ਲਵਾਈਆਂ ਅਤੇ ਕੋਈ ਕਈ ਕਹਿੰਦੇ ਸੀ ਕਿ ਸਰਪੰਚ ਆਪਣੇ ਕੰਮ ਚੱਲ। ਹਾਂਜੀ ਕੀ ਕਹਿ ਰਹੇ ਤੁਸੀਂ? ਬਸ ਇਹੋ ਕਿ ਲੋਕਡਾਊਨ ਦੇ ਵਿੱਚ ਅਸੀਂ ਉਹ ਟਾਈਲਾਂ ਲਵਾਈਆਂ, ਲੋਕ ਕਹਿੰਦੇ ਸਰਪੰਚ ਆਪਣੇ ਕੰਮ ਕਰੇ, ਫੰਡ ਵਿੱਚੋਂ ਕਰਾਈ ਜਾਂਦਾ। ਅਸੀਂ ਜਾ ਕੇ ਸ਼ਾਮ 'ਚ ਅਸੀਂ ਉਹ ਲਿਆਂਦੀਆਂ, ਚੈੱਕ ਦਿੱਤੇ ਆਪਣੇ ਖਾਤੇ 'ਚੋਂ ਅਤੇ ਸ਼ਾਮ ਨੂੰ ਅਸੀਂ ਪੁਲਿਸ ਨੇ ਸਾਨੂੰ ਫੜਦੇ ਰਹੇ, ਪਰ ਅਸੀਂ ਉਦੋਂ ਉਹ ਦਵਾਈ ਸੈਨਾਟਾਈਜ਼ਰ ਉਹ ਛਿੜਕਾਉਂਦੇ ਸੀ, ਉਹਨਾਂ ਨੂੰ ਕਹਿਣਾ ਜੀ ਇਹ ਬੰਦੇ ਅਸੀਂ ਸੈਨਾਟਾਈਜ਼ਰ 'ਤੇ ਲਿਆਂਦੇ, ਉਹ ਉਹਨੂੰ ਛੱਡਣ ਚੱਲੇ ਹਾਂ। ਸਾਨੂੰ ਪੁਲਿਸ ਦਾ ਸਹਿਯੋਗ ਰਿਹਾ, ਉਹਨਾਂ ਨੇ ਸਾਨੂੰ ਕੁਛ ਨਹੀਂ ਕਿਹਾ। ਅਤੇ ਆ ਹੁਣ ਵੀ ਮੈਂ ਆਪਣੀ ਦੁਕਾਨ ਬਣਾ ਰਿਹਾ, ਕਈ ਕਹਿੰਦੇ ਹੁਣੇ ਆ ਘਰੇ ਪੰਚਾਇਤ ਫੰਡ 'ਚੋਂ ਹੀ, ਮੈਂ ਤਾਂ ਆਪਣੀ ਬੇਟੀ ਦੇ ਨਾਂ 'ਤੇ ਲੋਨ ਲੈ ਕੇ ਲੈਂਟਰ ਪਾਉਣਾ। ਡਾਊਟ ਕਲੀਅਰ ਕਰ ਦਿਓ ਜੀ ਲੋਕਾਂ ਦਾ, ਪਿੰਡ ਦੀ ਜਨਤਾ ਦਾ ਡਾਊਟ ਕਲੀਅਰ ਕਰ ਦਿਓ ਕਿ ਜਿਹੜੇ ਲੋਕ ਕਹਿੰਦੇ ਆ ਕਿ ਪਿੰਡ ਦੇ ਸਰਪੰਚ ਨੇ ਗ੍ਰਾਂਟ ਤੋਂ ਆਪਣਾ ਕੰਮ ਸ਼ੁਰੂ ਕਰ ਲਿਆ ਦੁਕਾਨ ਦਾ। ਨਹੀਂ ਨਹੀਂ ਮੈਂ ਇਕੱਲੇ ਚੈੱਕ ਮੇਰੇ ਖਾਤੇ 'ਚੋਂ ਗਏ ਆ ਨਾ, ਆ ਹੁਣ 2 ਲੱਖ ਰੁਪਈਆ ਲੋਨ ਲਿਆ ਅਤੇ ਲੋਕੀ ਤਾਂ ਕਈ ਕੁਝ ਕਹਿੰਦੇ ਆ ਸਰਪੰਚ ਦੇ ਕਹਿਣ ਦਾ ਕੀ ਆ, ਲੋਕੀ ਤਾਂ ਲੋਕਾਂ ਦੇ ਤਾਂ ਦਵੱਲੇ ਦਿੰਦੇ ਆ, ਦਾਤੀ ਨੂੰ ਇੱਕ ਪਾਸੇ ਹੁੰਦੇ। ਓਕੇ ਅੱਛਾ ਸਰ, ਜੇ ਗੱਲ ਕਰੀਏ ਤਾਂ ਤੁਹਾਡੇ ਪਿੰਡ ਦੇ ਕੰਮਾਂ ਦੀ ਮੰਗ, ਇੱਕ ਮਿੰਟ ਕਿਹੜੇ ਤੁਹਾਡੇ ਪਿੰਡ ਦੀ ਮੰਗ ਕੀ ਆ, ਤੁਸੀਂ ਕੀ ਮੰਗ ਰੱਖਦੇ ਆ ਕਿ ਤੁਹਾਡੇ ਪੰਚਾਇਤ ਦੇ ਵਿੱਚ ਉਹ ਜਿਹੜਾ ਕੰਮ ਹੋ ਜਾਵੇ? ਸਾਡੇ ਇਹੋ ਹੀ ਆ ਕਿ ਸਾਡੀ ਜਿਹੜੀ ਜਨਤਾ ਕਹਿੰਦੀ ਆ ਕਿ ਨਾਲੀਆਂ ਜਿਹੜੀਆਂ ਨਾ ਇਹਦਾ ਗੰਦ ਹਟਾਇਆ ਜਾਵੇ ਅਤੇ ਬਾਕੀ ਜਿਹੜਾ ਕੂੜਾ ਆ ਉਹ ਕਿਤੇ ਬਾਹਰ ਕਿਤੇ ਜਗ੍ਹਾ ਮਿਲ ਜਾਵੇ ਅਤੇ ਇਕੱਠਾ ਉੱਥੇ ਸੁੱਟਿਆ ਜਾਵੇ, ਨਹੀਂ ਤਾਂ ਥਾਂ ਥਾਂ ਢੇਰ ਲੱਗੇ ਆ ਆਸੇ ਪਾਸੇ ਗੰਦਗੀ ਕਰਕੇ। ਓਕੇ ਅੱਛਾ ਸਰ, ਇਸ ਤੋਂ ਇਲਾਵਾ ਜੇ ਗੱਲ ਕਰੀਏ ਤੁਹਾਨੂੰ ਕੀ ਲੱਗਦਾ ਵਾ ਜਿਹੜੇ ਪਿੰਡ ਦੇ ਇਸ ਵੇਲੇ ਕੰਮ ਹੋ ਗਏ ਆ, ਪਿੰਡਾਂ ਦੇ ਜਿਹੜੇ ਕੰਮਾਂ ਨੂੰ ਲੈ ਕੇ ਇਹ ਜਿਹੜੀਆਂ ਗਲੀਆਂ ਬਣ ਗਈਆਂ ਵਾ, ਇਹਦਾ ਧਿਆਨ ਪੰਚਾਇਤ ਰੱਖੇ ਜਾਂ ਪਿੰਡ ਦੇ ਲੋਕ ਰੱਖਣ? ਪਿੰਡ ਦੇ ਪੰਚਾਇਤ ਦੇ ਨਾਲ ਪਿੰਡ ਦੇ ਲੋਕਾਂ ਨੂੰ ਵੀ ਰੱਖਣਾ ਪੈਣਾ ਜੀ। ਤੁਸੀਂ ਪਿੰਡ ਦਾ ਬੰਦਾ ਕੋਈ ਵੀ ਕਿਤੇ ਗੰਦ ਪਾਉਂਦਾ ਆ ਵਿੱਚ ਨਾਲੀ ਦੇ ਤਾਂ ਉਹ ਪਾਣੀ ਰੁਕਦਾ ਆ, ਉਹਨੂੰ ਵੀ ਆਪਣੇ ਆਪ ਨੂੰ ਚਾਹੀਦਾ ਸੰਭਾਲ ਰੱਖਣ। ਮਤਲਬ ਗਲੀਆਂ ਦੀ ਜਿਹੜੀ ਬੁੱਕ ਜਿਹੜੀ ਹੈਗੀ ਆ ਥੋੜ੍ਹੀ ਵੱਧ ਸਕਦੀ ਆ? ਹਾਂਜੀ ਹਾਂਜੀ, ਜਿਸ 10 ਸਾਲ ਤੁਸੀਂ ਦੱਸਿਆ 15 ਸਾਲ ਵੀ ਕੱਢ ਸਕਦੇ ਆ। ਓਕੇ ਅੱਛਾ ਸਰ, ਜਿੱਦਾਂ 75 ਸਾਲਾਂ ਤੋਂ ਕੋਈ ਵੀ ਆਪਾਂ ਦੇਖ ਲਈਏ ਕਿ 75 ਸਾਲ ਤੋਂ ਗਲੀਆਂ ਨਾਲੀਆਂ ਚੱਲੀ ਜਾਂਦੀਆਂ, ਇਹ ਨੇ ਮੁੱਕਦੀਆਂ ਜੀ ਨਾ ਮੁੱਕਦੀਆਂ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਆ? ਜਿਹੜਾ ਕੋਈ ਹੁਣ ਸੋਚਦਾ ਆ ਤੇ ਕੋਈ ਤੇ ਫਰਸ਼ਬੰਦੀ ਤੇ ਬੈਠੇ ਆ, ਹਾਂਜੀ ਉਸ ਤੋਂ ਬਾਅਦ ਜਿਹੜਾ ਵੀ ਆਊਗਾ ਹਰ ਇੱਕ ਨੇ ਕਹਿਣਾ ਕਿ ਆ ਦੇਖੋ ਕਿੱਦਾਂ ਆ, ਸੈਕਟਰੀ ਕਹਿ ਦਊਗਾ ਕਿ ਤੁਸੀਂ ਇੰਟਰਲੋਕ ਲਾ ਲਓ, ਜੇ ਇੰਟਰਲੋਕ ਲੱਗ ਗਈ ਆਨੇ ਤੁਹਾਡੇ ਕੋਲ, ਤੇ ਜੇ ਇੰਟਰਲੋਕ ਲੱਗ ਗਈ ਤੇ ਕਈਆਂ ਦੇ ਘਰ ਨੀਵੇਂ ਹੋ ਜਾਣੇ, ਘਰਾਂ 'ਚ ਪਾਣੀ ਜਾਣ ਲੱਗ ਪੈਣਾ। ਅੱਛਾ ਸਰਪੰਚ ਉੱਥੇ ਕੀ ਕਰੂਗਾ? ਜਾਂ ਫਿਰ ਇਹਨੂੰ ਪਟਾਇਆ ਜਾਵੇ, ਪਟਾ ਕੇ ਦੁਬਾਰਾ ਕੀਤੀ ਜਾਵੇ। ਓਕੇ ਓਕੇ ਓਕੇ
अच्छा गलियां दी रिपेयर भी हुंदी है या फिर मतलब कि इदां ही पट पटाइया ही हुंदा रहिंदा सारी उम्र? नहीं नहीं रिपेयर नहीं, एक गलियां दी बहुती कीती बस आ या हुण इह मके पाइप लग जाण, पाइप लगण दे नाल फिर कम है सारी सफाई हो जाऊ नाले गलियां चौड़ियां हो जाऊ। ओके अच्छा सर तुहाडा स्कूल किन्नवीं तक पिंड दा? दसवीं तक जी। दसवीं तक है, टीचर इत्थे पूरे है? टीचर पूरे है। प्राइवेट भी रखे आ या फिर उत्थे टीचर पूरे है जी? हाँ जी हाँ जी पूरे है, कोई प्राइवेट नहीं, कोई प्राइवेट नहीं है। स्कूल दे विच तुहाडा की योगदान हैगा वा? कोई टैंकी रखाई होवे, कोई इनवेटर वगैरह, कोई शेड, कोई किचन, कोई चार दीवारी इदां दा कुछ काम, कोई पेंट वगैरह करवाया होवे? इन्हां दे दूजा सड़क तो लैके रोड तो लैके इंटरलॉक लवाई है स्कूल तक। पिंड तो किन्नी क दूरी ते हैगा स्कूल? स्कूल पिंड दे विच ही है, विच ही है, सड़क दे नाल ही। एक इंटरलॉक ही लगी उत्थे? इंटरलॉक लगी जाणगे, रोड ते इंटरलॉक लाई है। ताडी सब तो पहली प्रेफरेंस केड़ी है काम नूं लैके कि एक 11 महीने दे विच किहड़ा किहड़ा काम तुसीं करवाउणा चाहुंदे आ? ਸਾਡਾ ਪਹਿਲਾਂ ਤਾਂ ਕੰਮ ਆ ਕੇ ਨਾਲੀਆਂ ਦਾ, ਨੰਬਰ 2 ਆਪਣੇ ਸ਼ਮਸ਼ਾਨ ਘਾਟ ਜਿਹੜੇ ਪੈਸੇ ਆ ਜਾਣ ਤੇ ਉਹ, ਮਤਲਬ ਜਿਹੜੇ ਕੰਮ ਤੁਸੀਂ ਸ਼ੁਰੂ ਕੀਤੇ ਹੋਏ ਆ ਉਹਨੂੰ ਕੰਪਲੀਟ ਕਰਨਾ ਚਾਹੁੰਦੇ ਆ? ਕੰਪਲੀਟ ਕਰ ਦਈਏ। ਮੰਨ ਲਓ ਅਗਲੀ ਪੰਚਾਇਤ ਤੁਹਾਡੇ ਕੋਲ ਆਉਂਦੀ ਆ ਤਾਂ ਤੁਸੀਂ ਉਹ ਕੰਮ ਕਰੋਗੇ ਜਿਹੜੇ ਕੰਮ ਜਿੱਥੇ ਰੁਕੇ ਆ ਜਾਂ ਫਿਰ ਮਤਲਬ ਕਿ ਇਹੀ ਪੱਟ ਪਟਾਈ ਆ? ਫਿਰ ਗੱਲ ਇਦਾਂ ਨਾ ਜੇ ਚੱਕਾ ਫਟ ਜਾਵੇ ਹੈ ਨਾ ਉਹਨੂੰ ਸੀਨ ਤਾਂ ਲਾਉਣੀ ਪੈਂਦੀ ਆ। ਹਾਂਜੀ। ਜੇ ਕੋਈ ਗਲੀ ਜਾਂ ਪੈਪ ਕੋਈ ਕਰ ਉਹ ਰਿਪੇਅਰ ਤਾਂ ਕਰਾਉਣੀ ਪੈਣੀ। ਅੱਛਾ ਸਰ ਮੈਂ ਬਹੁਤ ਸਾਰੇ ਪਿੰਡਾਂ ਜਾਂਦਾ ਵਾਂ, ਕਾਫੀ ਸਰਪੰਚਾਂ ਨੂੰ ਵੀ ਮਿਲਦਾ ਵਾਂ, ਉਹ ਕਹਿੰਦੇ ਆ ਕਿ ਜਿਹੜੇ ਗਲੀਆਂ ਨਾਲੀਆਂ ਬਣਾਉਣਾ ਇਹ ਕੋਈ ਡਿਵੈਲਪਮੈਂਟ ਨਹੀਂ ਹੈਗੀ, ਤੁਹਾਨੂੰ ਕੀ ਲੱਗਦਾ ਕਿ ਇਹ ਗੱਲ ਕਿੰਨੀ ਕੁ ਸਹੀ ਆ? ਇਹ ਇੱਦਾਂ ਹੈ ਕਿ ਚਲੋ ਸਫਾਈ ਹੋਊਗੀ, ਅੰਡਰਗਰਾਊਂਡ ਪਾਣੀ ਜਾਈ ਜਾਊਗਾ ਅਤੇ 10-15 ਦਿਨਾਂ ਤੱਕ ਜ਼ਿੰਮੇਦਾਰ ਆਊਗਾ, ਹੋਦੀਆਂ ਸਾਫ਼ ਕਰਕੇ ਚਲ ਜਾਊਗਾ। ਓਕੇ ਅੱਛਾ ਪਿੰਡ ਦੇ ਵਿੱਚ ਸਿਲਾਈ ਸੈਂਟਰ ਹੈਗਾ ਆ? ਨਹੀਂ। ਉਹਦੀ ਡਿਮਾਂਡ ਰੱਖੀ ਸੀ ਕਦੀ? ਰੱਖੀ ਆ ਪਰ ਹੁਣ ਨਹੀਂ ਮਿਲਿਆ। ਡਿਮਾਂਡ ਹੈਗੀ ਕੁੜੀਆਂ ਦੀ? ਕੁੜੀਆਂ ਵੀ ਆ, 2-3 ਵਾਰੀ ਆਏ ਆ ਕਰਨ, ਉਹ 15 ਕੁ ਦਿਨ ਲਾ ਕੇ ਕੈਂਪ ਚੱਲ ਜਾਂਦੇ ਆ। ਓਕੇ ਉਹ ਪ੍ਰਾਈਵੇਟ ਹੀ ਆਉਂਦੇ। ਠੀਕ ਠੀਕ। ਅੱਛਾ ਤੁਸੀਂ ਲਾਸਟ ਵਿੱਚ ਭਗਵੰਤ ਮਾਨ ਸਰਕਾਰ ਤੋਂ ਕੀ ਮੰਗ ਰੱਖਦੇ? ਦੇਖੋ ਜੀ ਸਰਕਾਰ ਚੰਗੀ ਆ, ਲੋਕਾਂ ਦੇ ਕੱਪੜੇ ਕੱਢਦੀ ਆ, ਠੀਕ ਨਹੀਂ, ਜਿਹੜੇ ਹੁਣ ਲੋਕਾਂ ਦੇ ਪੈਸੇ ਦੱਬੇ ਹੋ ਆ ਜਾਂ ਵੱਢੀਆਂ ਲਈਆਂ ਆ ਉਹਨਾਂ ਬਾਰੇ ਚੰਗਾ ਆ, ਜਨਤਾ ਨੂੰ ਅੱਗੇ ਤੋਂ ਜਾਣੀ ਪਬਲਿਕ ਨੂੰ ਸਹਿਯੋਗ ਦਿੰਦੇ ਆ, ਉਮੀਦਾਂ ਕੀ ਆ? ਸੁਣਦੇ ਆ ਉਮੀਦਾਂ ਕਿੰਨਾ ਕਿੰਨੀਆਂ ਕਾ? ਉਮੀਦਾਂ ਆ ਕਿ ਹਾਲੇ ਤਾਂ ਉਹਨਾਂ ਨੂੰ ਸਾਲ ਵੀ ਨਹੀਂ ਹੋਇਆ, ਉਮੀਦ ਯਕਦਮ ਤਾਂ ਰੱਖੀ ਨਹੀਂ ਜਾਂਦੀ, ਹੌਲੀ ਹੌਲੀ ਆਪੇ ਹੀ ਕੰਮ ਪੂਰੇ ਕਰਨੇ। ਬਿਲਕੁਲ ਜੀ ਬਿਲਕੁਲ 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 ਬਿਲਕੁਲ। ਸਤਿ ਸ਼੍ਰੀ ਅਕਾਲ ਮੈਡਮ, ਕੀ ਨਾਮ ਮੈਡਮ ਆਪਣਾ? ਰਾਜਵਿੰਦਰ ਕੌਰ ਸਰ। ਰਾਜਵਿੰਦਰ ਕੌਰ ਜੀ, ਤੁਸੀਂ ਨਰੇਗਾ ਕੰਮ ਕਰਦੇ? ਤੁਸੀਂ ਕਿੰਨੇ ਟਾਈਮ ਤੋਂ ਕਰਦੇ ਪਏ ਹੋ? ਤਿੰਨ ਚਾਰ ਸਾਲ ਹੋ ਗਏ। ਅੱਛਾ ਮੈਡਮ, ਤੁਹਾਡੇ ਜਿਹੜੀਆਂ ਪਿੰਡ ਦੇ ਵਿੱਚ ਨਰੇਗਾ ਦੇ ਕਾਰਡ ਬਣੇ ਹੋਏ ਆ, ਵੈਸੇ ਕਿੰਨੇ ਬਣੇ ਟੋਟਲ? ਕੰਮ ਕਰਨ ਵਾਲੇ 90 ਬੰਦੇ ਆ ਅਤੇ ਟੋਟਲ 94 ਤੁਹਾਡੇ ਕਾਰਡ ਬਣੇ ਆ। ਅੱਛਾ ਅਤੇ ਟੋਟਲ ਇਸ ਵੇਲੇ ਲਾਸਟ ਟਾਈਮ ਜਿਹੜਾ ਕੰਮ ਉਹ ਤੁਹਾਡਾ ਨਰੇਗਾ ਦਾ ਕਦੋਂ ਹੋਇਆ ਸੀਗਾ? ਕਿੰਨਾ ਟਾਈਮ ਹੋ ਗਿਆ? 6-7 ਮਹੀਨੇ ਹੋ ਗਏ। ਤੁਸੀਂ ਨਰੇਗਾ ਸੈਕਟਰੀ ਨੂੰ ਕਿਹਾ ਸੀਗਾ ਕਿ ਸਾਡੇ ਮਾਸਟਰ ਰੋਲ ਲੈ ਕੇ ਆਓ, ਅਸੀਂ ਕੰਮ ਤੋਂ ਵਿਹਲੇ ਬੈਠੇ ਹਾਂ? ਹਾਂਜੀ ਅਸੀਂ ਕਿਹਾ ਸੀ, ਉਹ ਕਹਿੰਦੇ ਸੀ ਕੰਮ ਚੋ ਆ ਨਹੀਂ ਰਿਹਾ ਹੈਗਾ ਤਾਂ ਕਰਕੇ ਸ਼ੁਰੂ ਨਹੀਂ ਕੀਤਾ ਹੈਗਾ। ਉੱਦਾਂ ਵੈਸੇ ਪਲਾਂਟੇਸ਼ਨ ਦਾ ਕਰਨਾ ਤਾਂ ਅਸੀਂ ਕਰ ਸਕਦੇ ਹਾਂ, ਬੂਟੇ ਨਹੀਂ ਛੱਡੇ ਲੋਕਾਂ ਨੇ ਤਾਂ ਸਾਫ਼ ਸਫਾਈ ਕਿੱਥੇ ਕਰੀਏ, ਥੋੜ੍ਹੀ ਹੈ ਵੈਸੇ। ਅੱਛਾ ਜੇ ਇਸ ਤੋਂ ਇਲਾਵਾ ਜੇ ਗੱਲ ਕਰੀਏ ਤੁਹਾਨੂੰ ਕੀ ਲੱਗਦਾ ਵਾ ਕਿ ਜਿਹੜੀ ਤੁਸੀਂ ਮੰਗ ਇਸ ਵੇਲੇ ਰੱਖਦੇ ਸੀਗੇ ਡਿਸਪੈਂਸਰੀ ਦੀ? ਹਾਂਜੀ ਸਰ, ਸਾਡੇ ਨਾਲ ਪਿੰਡ ਵਿੱਚ ਕੋਈ ਡਿਸਪੈਂਸਰੀ ਹੈ ਕੁਛ ਨਹੀਂ ਹੈਗਾ, ਡਾਕਟਰ ਕੋਈ ਹੈ ਨਹੀਂ ਅਰੇਂਜਮੈਂਟ, ਰਾਤ ਰਾਤ ਦੇ ਬਿਮਾਰ ਪੈ ਜੇ ਕਿੱਥੇ ਲੈ ਕੇ ਜਾਵੇ ਪੇਸ਼ੈਂਟ ਨੂੰ? ਡਾਕਟਰ ਪ੍ਰਾਈਵੇਟ ਵੀ ਹੈ ਨਹੀਂ? ਨਹੀਂ ਕੋਈ ਨਹੀਂ ਹੈਗਾ, ਜਿਹੜੇ ਹੈਗੇ ਆ ਉਹ ਰਾਤ ਨੂੰ ਦਰਵਾਜ਼ਾ ਨਹੀਂ ਖੋਲਦੇ ਹੈਗੇ, 8 ਵਜੇ ਤੋਂ ਬਾਅਦ ਦਰਵਾਜ਼ਾ ਬੰਦ। ਮਤਲਬ ਕਿ ਫਿਰ ਤੁਹਾਨੂੰ ਕਿਤੇ ਭੋਗਪੁਰ ਜਾਣਾ ਪੈਂਦਾ ਜਾਂ ਫਿਰ ਇੱਥੇ ਪਿੰਡ ਵਿੱਚ? ਕੋਈ ਹੈ ਨਹੀਂ ਇਹ ਸੁਵਿਧਾ ਹੈਗੀ, ਇੱਕ ਇਹ ਸੁਵਿਧਾ ਨਹੀਂ ਹੈਗੀ, ਇੱਕ ਸਾਡੇ ਪਿੰਡ ਵਿੱਚ ਨਾ ਉਹ ਨਹੀਂ ਬੱਸ ਸਰਵਿਸ ਹੈਗੀ ਹੈ? ਹਾਂਜੀ ਬੱਸ ਸਰਵਿਸ ਹੈਗੀ ਹੈ, ਉਹ ਵੀ ਨਹੀਂ ਹੈਗੀ। ਅੱਛਾ ਉਸ ਚੀਜ਼ ਦੀ ਇੱਕ ਮੰਗ ਕਿਉਂ ਨਹੀਂ ਰੱਖੀ ਤੁਸੀਂ, ਮਤਲਬ ਕਿ ਕੋਈ ਇਸ ਚੀਜ਼ ਦੀ ਮੰਗ ਕਿਉਂ ਨਹੀਂ ਰੱਖਦਾ? ਸਾਰੀਆਂ ਸਹੂਲਤਾਂ ਹੋਣੀਆਂ ਚਾਹੀਦੀਆਂ, ਪਰ ਜਿਹੜੀਆਂ ਮੇਨ ਹੈ ਨਾ ਚੀਜ਼ਾਂ ਉਹ ਤਾਂ ਹੋਣੀਆਂ ਚਾਹੀਦੀਆਂ। ਐਮਰਜੈਂਸੀ ਜਾਣ ਵਾਸਤੇ ਬੱਸ ਵੀ ਤਾਂ ਹੋਣੀ ਚਾਹੀਦੀ ਤੁਹਾਡੇ ਕਿ ਨਹੀਂ? ਉਹ ਤਾਂ ਹੈ ਹੀ ਹੈ, ਹੋਣੀ ਚਾਹੀਦੀ ਹੈ। ਓਕੇ 7 ਵਜੇ ਤੋਂ ਬਾਅਦ ਬੱਸਾਂ ਬੰਦ ਹੋ ਜਾਂਦੀਆਂ? 7 ਵਜੇ ਤੋਂ ਬਾਅਦ ਲੁੱਟ ਹੋ ਜਾਂਦੀ ਹੁੰਦੀ ਹੈ? ਹਾਂਜੀ ਲੁੱਟ ਹੋ ਜਾਂਦੀ ਹੁੰਦੀ ਹੈ? ਨਹੀਂ 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 ਉਹਦੇ ਵੈਸੇ ਬੰਦ ਕਰ ਦਿੰਦੇ ਆ, 7 ਵਜੇ ਤੋਂ ਬਾਅਦ ਜਾ ਨਹੀਂ ਸਕਦੇ। ਅੱਛਾ ਅੱਛਾ ਸਰ, ਸਾਰੀਆਂ ਰੱਖਦੇ ਆ, ਸਾਡੇ ਪਿੰਡ ਵਿੱਚ ਚੰਗੀ ਤਰ੍ਹਾਂ ਸਵੱਛਤਾ ਹੋਣੀ ਚਾਹੀਦੀ ਆ,
पिंड का विकास होना चाहिए, साफ सुथरा होना चाहिए एकदम। ਨਰੇਗਾ ਦੀ ਨਜਾਇਜ਼ ਹਾਜ਼ਰੀਆਂ ਕਿੰਨੀਆਂ ਲਾਈਆਂ ਤੁਸੀਂ ਅੱਜ ਤੱਕ? ਸਰ ਅਸੀਂ ਕੋਈ ਨਜਾਇਜ਼ ਹਾਜ਼ਰੀ ਨਹੀਂ ਲਾਈ, ਅਸੀਂ ਪੱਲਿਓ ਦੇ ਰਹੀ ਹੈ ਹਾਜ਼ਰੀ। ਅੱਛਾ, ਪੱਲਿਓ ਲਾ ਦਿੰਦੇ? ਹਾਂਜੀ ਹਾਂਜੀ। ਉਹੀ ਵੀ ਮਤਲਬ ਕਿ ਜਿਹੜਾ ਬੰਦਾ ਘਰੇ ਬੈਠਾ ਨਜਾਇਜ਼ ਤੁਸੀਂ ਆਪਣੇ ਕੋਲ ਲਾ ਦਿੰਦੇ ਹੋਣੇ? ਸਰ ਮਤਲਬ ਕਿ ਜੇ ਕਿਸੇ ਨੇ ਹਾਫ ਦਿਹਾੜੀ ਲਾਈ ਨਾ ਪੂਰੀ ਇੱਦਾਂ ਕਰ ਲੈਂਦੇ ਅਸੀਂ। ਅੱਛਾ, ਮਾੜਾ ਮੋਟਾ ਅਸੀਂ ਨਹੀਂ ਜਾ 19 ਕੀ ਕਰ ਲੈਂਦੇ, 19 ਕਾਨਵੇਂ ਨਹੀਂ ਕਰਦੇ। ਇੱਦਾਂ ਨਹੀਂ ਅਸੀਂ ਹਾਜ਼ਰੀ ਭਰੀ ਕਿਸੇ ਦੀ। ਠੀਕ ਹੈ, ਸ਼ੁਕਰੀਆ ਤੁਹਾਡਾ। ਹਾਂਜੀ ਸਰ, ਥੈਂਕ ਯੂ। ਮਿਹਰਬਾਨੀ ਜੀ। ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ? ਤੁਸੀਂ ਨਰੇਗਾ 'ਚ ਹੈਗੇ? ਹਾਂਜੀ। ਤੁਹਾਨੂੰ ਟਾਈਮ ਟੂ ਟਾਈਮ ਪੈਸੇ ਮਿਲ ਜਾਂਦੇ ਆ? ਹਾਂਜੀ, ਪਰ ਕੰਮ ਪੈਸੇ ਤਾਂ ਮਿਲਦੇ ਆ ਸਰ, ਪਰ ਕੰਮ ਹੀ ਨਹੀਂ ਹੁਣ ਚੱਲਦਾ ਹੈਗਾ। ਕੰਮ ਚੱਲਦੇ ਨੂੰ 6-7 ਮਹੀਨੇ ਹੋ ਗਏ ਆ, ਕਿੱਥੇ ਜਾਈਏ, ਕਿੱਥੋਂ ਖਾਈਏ ਅਸੀਂ। ਅੱਛਾ, ਹਾਂਜੀ, ਕੰਮ ਹੀ ਹੈ ਨਹੀਂ, ਕੰਮ ਹੀ ਬੰਦ ਹੋ ਗਿਆ ਆ। ਛੱਪੜ ਸਾਡੇ ਬਹੁਤ ਭਾਰਾ, ਇੱਥੇ ਸਾਰਾ ਕੂੜਾ ਪਿੰਡ ਦਾ ਉੱਥੇ ਸਿਰਦੇ। ਦੁਬਾਰਾ ਬੋਲੋ ਜੀ, ਦੁਬਾਰਾ ਬੋਲੋ ਜੀ। ਸਰ ਮਿਹਰਬਾਨੀ ਕਰਕੇ, ਸਾਡੇ ਪਿੰਡ ਵਿੱਚ ਬਹੁਤ ਵੱਡਾ ਛੱਪੜ ਹੈ, ਸਾਰਾ ਪਿੰਡ ਛੱਪੜ ਦਾ ਕੂੜਾ ਸੁੱਟਿਆ ਜਾਂਦਾ, ਸਾਨੂੰ ਉਹਦੀ ਗੰਦਗੀ ਆਉਂਦੀ ਹੈ, ਬੱਚੇ ਬਿਮਾਰ ਹੁੰਦੇ ਆ, ਮੇਰੀ ਖੁਦ ਲੜਕੀ ਇਨਫੈਕਸ਼ਨ ਹੋ ਜਾਂਦੀ ਹੈ, 2-4 ਮਹੀਨੇ ਬਾਅਦ ਇਨਫੈਕਸ਼ਨ ਹੋ ਜਾਂਦੀ ਹੈ, ਉਹਨੂੰ ਇੱਕ ਉਹਦਾ ਹੋਣਾ ਚਾਹੀਦਾ। ਓਕੇ, ਅੱਛਾ ਜੀ, ਇਸ ਤੋਂ ਇਲਾਵਾ ਜੇ ਗੱਲ ਕਰੀਏ ਛੱਪੜ ਦੀ, ਜਿੱਦਾਂ ਤੁਸੀਂ ਦੱਸਿਆ ਵਾ ਸਮੱਸਿਆ, ਪੁਰਾਣੀਆਂ ਪੰਚਾਇਤਾਂ ਨੇ ਵੀ ਇਸ ਚੀਜ਼ ਵੱਲ ਧਿਆਨ ਦਿੱਤਾ ਸੀਗਾ? ਹਾਂਜੀ ਹਾਂਜੀ, ਉਹਨਾਂ ਨੇ ਵੀ ਕਿਹਾ ਸੀਗਾ ਛੱਪੜ ਦਾ ਨਾ ਕੁਝ ਕਰਨਾ ਚਾਹੀਦਾ। ਕਦੀ ਪਿੰਡ ਦੇ ਇਕੱਠੇ ਹੋ ਕੇ ਕਦੀ ਤੁਸੀਂ ਆਪਣੀ ਜਿਹੜੀ ਮੰਗ ਆ ਰੱਖੀ ਹੈ? ਹਾਂਜੀ, ਇੱਥੇ ਇੱਕ ਵਾਰੀ ਅਫਸਰ ਆਏ ਸੀ, ਟੀਨੂ ਨੂੰ ਕਿਹਾ ਸੀ ਕਦੀ ਇੱਥੇ ਆਏ। ਅੱਛਾ, ਐਮਐਲਏ? ਹਾਂਜੀ, ਟੀਨੂ ਨਹੀਂ ਆਏ ਸੀ, ਉਹਨਾਂ ਨੇ ਕਿਹਾ ਸੀ ਸਾਡੇ ਛੱਪੜ ਦੇ, ਉਹ ਕਹਿੰਦੇ ਸੀ ਗਾਵਾਂਗੇ ਅਸੀਂ ਛੱਪੜ। ਓਕੇ ਓਕੇ, ਅੱਛਾ ਸਰ, ਤੁਹਾਡਾ ਕੀ ਇਸ ਗੱਲ ਦੇ ਵਿਚਾਰ ਹੈਗਾ, ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਿੱਦਾਂ ਛੱਪੜ ਦੀ ਸਮੱਸਿਆ ਨੂੰ ਲੈ ਕੇ ਬੋਲਦੇ ਪਏ ਸਾਰੇ ਜਣ? ਵਿੱਚ ਮਿੱਟੀ ਦਾ ਪਾਰ ਨਹੀਂ ਸਕਦੇ ਆਪਣੇ ਕੋਲ। ਹਾਂਜੀ, ਪੰਚਾਇਤ ਮਿੱਟੀ ਨਹੀਂ ਪਾਰ ਸਕਦੀ। ਕਈ ਵਾਰੀ ਸੈਕਟਰੀ ਸਾਹਿਬ ਨਾਲ ਵੀ ਗੱਲ ਕੀਤੀ। ਓਕੇ, ਉਹ ਕਹਿੰਦੇ ਕਿ ਮਿੱਟੀ ਆਪਣੇ ਕੋਲੋਂ ਪਾਵੋ, ਪਿੰਡ ਵਾਲੇ ਪਾ ਦੇਣਗੇ। ਹਾਂ, ਓਕੇ 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 ਓਕੇ, ਅਸੀਂ ਤਾਂ ਕਹਿੰਦੇ ਹਾਂ ਉੱਥੇ ਪਾਰਕ ਬਣੇ। ਓਕੇ, ਸਿਆਣਾ ਬੰਦਾ ਆ, ਉੱਥੇ ਘੁੰਮਦਾ ਫਿਰਦਾ ਰਹੇ ਸ਼ਾਮ ਸਵੇਰੇ, ਉੱਥੋਂ ਕਿੱਦਾਂ ਸੱਪ ਕੀੜੇ ਮਕੌੜੇ ਦੀ ਵੀ ਕੋਈ ਸਮੱਸਿਆਵਾਂ ਹੈਗੀਆਂ? ਹਾਂਜੀ। ਅੱਛਾ, ਤੇ ਕਦੀ ਏਦਾਂ ਦੀ ਵਾਰਦਾਤ ਹੋਈ ਹੈ ਕਿ ਲੋਕਾਂ ਦੇ ਘਰੇ ਵੜ ਗਿਆ ਹੋਵੇ ਤੇ ਬਾਅਦ ਵਿੱਚ ਉਹਨੂੰ ਨਾਲੀਆਂ ਤੇ ਆ ਜਾਂਦੇ? ਨਾਲੀਆਂ ਤੇ ਆ ਜਾਂਦੇ। ਓਕੇ ਓਕੇ, ਅੱਛਾ, ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਸਰ ਆਪਣਾ? ਸਤਵੀਰ ਸਿੰਘ। ਮੌਜੂਦਾ ਪੰਚਾਇਤ ਮੈਂਬਰ ਹੋ ਜੀ? ਓਕੇ, ਅੱਛਾ ਸਰ, ਤੁਹਾਡੀ ਤੁਸੀਂ ਫਸਟ ਟਾਈਮ ਮੈਂਬਰ ਬਣੇ ਹੋ ਜਾਂ ਮਤਲਬ ਪਹਿਲਾਂ? ਸੈਕਿੰਡ ਟਾਈਮ, ਲਗਾਤਾਰ ਹੀ ਹੋ ਗਏ? ਹਾਂ ਜੀ। ਓਕੇ, ਅੱਛਾ ਸਰ, ਇਸ ਤੋਂ ਇਲਾਵਾ ਜੀ ਗੱਲ ਦੱਸੀਏ, ਪੁੱਛੀਏ ਤੁਹਾਨੂੰ ਕੀ ਲੱਗਦਾ ਵਾ ਕਿ ਜਿਹੜੀਆਂ ਪਿੰਡ ਦੀਆਂ ਇਸ ਵੇਲੇ ਸਮੱਸਿਆਵਾਂ ਹੱਲ ਹੋਈਆਂ ਵਾ ਤੁਹਾਡੀ ਮੌਜੂਦਗੀ ਦੇ ਵਿੱਚ, ਤੁਹਾਡੀ ਪੰਚਾਇਤ ਦੇ ਵਿੱਚ, ਇਹ ਕਿੰਨੇ ਸਾਲ ਤੱਕ ਟਿਕ ਸਕਦੀਆਂ? ਟਿਕਣ ਨੂੰ ਦੇਖੋ, ਜਿੱਦਾਂ ਹੁਣ ਗਲੀਆਂ ਨਾਲੀਆਂ ਨਾ, ਉਹ ਥੋੜ੍ਹਾ ਆਪਣੇ 'ਤੇ ਵੀ ਡਿਪੈਂਡ ਕਰਦਾ ਹੈ। ਪੰਚਾਇਤ ਨੇ ਵੰਡ ਆਉਣਾ, ਵੰਡ ਲਾਈ ਜਾਣਾ, ਖਰਚੀ ਜਾਣਾ, ਬਾਕੀ ਆਪਣੇ 'ਤੇ ਡਿਪੈਂਡ ਕਰਦਾ ਕਿੱਦਾਂ ਯੂਜ਼ ਕਰਨੇ, ਠੀਕ ਆ ਨਾ। ਬਾਕੀ ਮਟੀਰੀਅਲ ਜਿੱਦਾਂ ਹੁਣ ਪੁਰਾਣੀਆਂ ਸੜਕਾਂ ਬਣੀਆਂ, ਉਹਦੀ ਅਸੀਂ ਕੋਈ ਗਰੰਟੀ ਨਹੀਂ ਦਿੰਦੀ, ਜਿਹੜੇ ਸਾਡੇ ਅੱਜ ਕੱਲ੍ਹ 'ਚ ਬਣੀਆਂ ਉਹਦਾ ਤਾਂ ਫਿਰ ਵੀ ਧਿਆਨ ਹੈਗਾ ਸਰ। ਓਕੇ, ਤੁਸੀਂ ਪੁਰਾਣੀ ਪੰਚਾਇਤ ਨਾਲ ਵੀ ਮੈਂਬਰ ਰਹਿ ਚੁੱਕੇ ਹੋ, ਤੇ ਤੁਹਾਨੂੰ ਕੀ ਲੱਗਦਾ ਕਿ ਉਹ ਜਿਹੜੀਆਂ ਗਲੀਆਂ ਇਸ ਵੇਲੇ ਉਦੋਂ ਬਣੀਆਂ ਸੀਗੀਆਂ, ਉਹਦੀ ਵੈਲਿਊ ਇਸ ਵੇਲੇ ਕਿੰਨੇ ਸਾਲ ਤੱਕ ਰਹਿ ਗਈ ਉਹਦੀ, ਆ ਗਲੀਆਂ ਜਿਹੜੀ ਆਪਾਂ ਜਿੱਥੇ ਆਪਾਂ ਖੜੇ ਆ? ਵੈਲਿਊ ਦੇਖੋ, ਹੁਣ ਜਿਹੜੀਆਂ ਪੁਰਾਣੀਆਂ, ਇਹਦੀ ਵੈਲਿਊ ਤਾਂ ਹੈ ਨਹੀਂ ਤੁਹਾਡੇ ਸਾਹਮਣੇ ਹੀ ਦੇਖੀ। ਹਾਂਜੀ ਹਾਂਜੀ, ਠੀਕ ਆ ਨਾ। ਹਾਂਜੀ, ਤੇ ਬਾਰਿਸ਼ਾਂ ਬੁਰਸ਼ਾਂ ਦੇ ਵਿੱਚ ਇਹਦੀ ਕੀ ਹਾਲਾਤ ਦੇ ਵਿੱਚ? ਬਾਰਿਸ਼ ਆ ਕੇ ਦੇਖੋ ਨਾ ਕੀ ਬਣਦਾ। ਮੈਂ 2 ਦਿਨ ਲੇਟ ਹੋ ਗਿਆ ਸਣਜੇ, ਤੁਹਾਨੂੰ ਕੀ ਦੱਸੀਏ, ਮੈਂ 2 ਦਿਨ ਲੇਟ ਹੋ ਗਿਆ, ਨਿਕਰਾ ਪਾ ਕੇ ਲੰਘਣਾ ਪੈਂਦਾ। ਅੱਛਾ, ਮਤਲਬ ਇੰਨਾ ਜ਼ਿਆਦਾ ਪਾਣੀ ਖੜਾ ਹੋ ਜਾਂਦਾ? ਨਹੀਂ, ਇਹ ਪੰਚਾਇਤ ਦਾ ਨਹੀਂ, ਕੋਈ ਕਸੂਰ ਹੈਗਾ ਇਹ ਜਗ੍ਹਾ ਦੇ ਵਿੱਚ ਦਿੱਕਤਾਂ? ਜਗ੍ਹਾ ਦੇ ਵਿੱਚ ਥੋੜ੍ਹਾ ਕੰਸਟਰਕਸ਼ਨ ਕਰਨ ਦੇ ਵਿੱਚ ਫਰਕ ਪੈ ਗਿਆ। ਓਕੇ, ਅੱਛਾ ਸਰ, ਇਸ ਤੋਂ ਇਲਾਵਾ ਜੇ ਗੱਲ ਕਰੀਏ, ਤੁਹਾਨੂੰ ਕੀ ਲੱਗਦਾ ਕਿ ਤੁਹਾਡਾ ਪਿੰਡ ਜਿਹੜਾ, ਤੁਹਾਡੇ ਪਿੰਡ ਦਾ ਜਿਹੜਾ ਯੂਥ ਆ, ਉਹ ਪੂਰੀ ਪੋਲੀਟਿਕਸ ਨੂੰ ਪੂਰੀ ਐਂ ਸਪੋਰਟ ਕਰਦਾ ਆ, ਰਾਜਨੀਤੀ ਨੂੰ, ਮਤਲਬ ਤੁਹਾਡੀ ਪੰਚਾਇਤ ਨੂੰ? ਸਾਡਾ ਯੂਥ ਪੋਲੀਟਿਕਸ ਤੋਂ ਦੂਰ ਦੂਰ ਆ, ਸਾਡਾ ਪਿੰਡ ਹੀ ਦੂਰ ਆ ਤਕਰੀਬਨ, ਇੰਨਾ ਨਹੀਂ ਹੈ ਸਾਡੇ ਪਿੰਡ, ਕੋਈ ਲੜਾਈ ਵਾਲੀ ਨਹੀਂ ਆ, ਕੋਈ ਪੋਲੀਟਿਕਸ ਇੱਦਾਂ ਦਾ ਨਹੀਂ ਹੈਗਾ, ਖਹਿ ਭਾਜੀ ਕੋਈ ਨਹੀਂ ਹੈ ਪੋਲੀਟਿਕਸ ਦੇ ਵਿੱਚ। ਓਕੇ, ਅੱਛਾ ਸਰ, ਜੇ ਇਸ ਤੋਂ ਇਲਾਵਾ ਜੀ ਗੱਲ ਕਰੀਏ ਕਿ ਜਦੋਂ ਇਲੈਕਸ਼ਨਾਂ ਆਉਂਦੀਆਂ ਵਾ, ਉਹਦੇ ਉਦੋਂ ਤੁਹਾਡੀ ਸਪੋਰਟ ਕਰਦਾ ਯੂਥ? ਹਾਂ ਬਿਲਕੁਲ ਬਿਲਕੁਲ ਕਰਦਾ। ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਆ, ਉਹਨਾਂ ਵਾਲੀ ਤੁਸੀਂ ਸਪੈਸ਼ਲ ਕੀ ਕਰਵਾ ਰਹੇ ਆ? ਇਸ ਟਾਈਮ ਕੋਈ ਨਹੀਂ ਕੰਮ ਚੱਲ ਰਿਹਾ, ਯੂਥ ਦਾ ਜੋ ਯੂਥ ਲਈ ਸਪੈਸ਼ਲ ਹੈਲਥ ਕਲੱਬ ਬਣਾਇਆ, ਪਿਛਲੀ ਸਰਕਾਰ ਦੇ ਟਾਈਮ 'ਤੇ ਜੋ ਵੀ ਜਿੰਮ ਦਾ ਸਮਾਨ ਆਇਆ ਸੀਗਾ ਉਹ ਚੱਲਦਾ ਪਿਆ ਇਸ ਵੇਲੇ, ਮੈਂ ਕਹਿੰਦਾ ਭਾਅ ਜੀ ਆਪਣੇ ਟਾਈਮ 'ਤੇ ਬਿਲਡਿੰਗ ਤਿਆਰ ਹੋਈ ਆ। ਇੱਕ ਮਿੰਟ, ਅੱਛਾ ਸਰ, ਇਸ ਤੋਂ ਇਲਾਵਾ ਜੇ ਗੱਲ ਕਰੀਏ, ਤਾਂ ਇਸ ਵੇਲੇ ਤੁਸੀਂ ਕੰਮ ਸਾਰੇ ਬੰਦ ਕੇ ਹੋਏ ਪਏ ਆ? ਬਿਲਕੁਲ ਬਿਲਕੁਲ, ਹੈ ਨਾ। ਅਤੇ ਤੁਹਾਨੂੰ ਕੀ ਲੱਗਦਾ ਕਿ ਜਿਹੜੀ ਹੁਣ ਮੌਕੇ 'ਤੇ ਆਮ ਆਦਮੀ ਪਾਰਟੀ ਸਰਕਾਰ ਹੈਗੀ ਆ, ਉਹ ਕਿੰਨਾ ਕੁ ਸਹਿਯੋਗ ਕਰੇਗੀ? ਬਿਲਕੁਲ ਕਰੂਗੀ ਜੀ, ਅਜੇ ਤਾਂ ਟਾਈਮ ਕੁਛ ਨਹੀਂ ਹੋਇਆ ਉਹਨਾਂ ਦਾ, 1 ਸਾਲ ਹੋ ਗਿਆ ਉਹਨਾਂ ਨੂੰ, 1 ਸਾਲ ਹੀ ਹੋਇਆ? ਹਾਂਜੀ ਹਾਂਜੀ, 1 ਸਾਲ ਬਾਕੀ ਹੈ। ਓਕੇ, ਤੁਹਾਨੂੰ ਕੀ ਉਮੀਦਾਂ ਉਹਨਾਂ 'ਤੇ? ਸਾਨੂੰ 120% ਉਮੀਦਾਂ, 100% ਵੀ ਨਹੀਂ। ਕੀ ਬਾਤ ਹੈ ਜੀ, 120% ਕਰੂਗੇ, ਕੰਮ ਕਰੂਗੇ ਜੀ। ਓਕੇ, ਅੱਛਾ ਸਰ, ਹੋਰ ਇਸ ਤੋਂ ਇਲਾਵਾ ਜੇ ਗੱਲ ਕਰੀਏ, ਤਾਂ ਜੇ ਕੁਛ ਜਿਹੜੀ ਸਮੱਸਿਆਵਾਂ ਦੱਸੀਆਂ
ਐਸਟੀਮੇਟ ਤੁਹਾਡਾ? ਨਹੀਂ ਨਹੀਂ ਇਦਾਂ ਨਹੀਂ ਕੁਝ ਕਹਿ ਸਕਦੇ, ਇਸ ਸਾਲ ਕੰਪਲੀਟ ਹੋ ਜੂਗੀਆਂ ਤੇ ਨਹੀਂ ਨਹੀਂ ਇਦਾਂ ਨਹੀਂ ਕੁਝ ਕਹਿ ਸਕਦੇ। ਓਕੇ, ਅਗਲੀ ਪੰਚਾਇਤ, ਵੈਸੇ ਇਸ ਪੰਚਾਇਤ ਤੋਂ ਤੁਸੀਂ ਖੁਸ਼ ਹੋ? ਬਿਲਕੁਲ, ਕਿਉਂਕਿ ਧੜੇਬਾਜ਼ੀ ਹੁੰਦੀ ਆ ਹਰੇਕ ਪਿੰਡ 'ਚ ਹੁੰਦੀ ਆ, ਉਦਾਂ ਪੋਲਿਟਿਕਸ ਦੇ ਧੜੇਬਾਜ਼ੀ ਕਰਕੇ ਲੜਾਈ ਰੁਪਾ ਕੁਛ ਨਹੀਂ ਹੁੰਦਾ ਇੱਦਾਂ। ਓਕੇ, ਮੈਂ ਤੁਹਾਨੂੰ ਲੱਗਦਾ ਕਿ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਲੋਕ ਹੈਗੇ ਆ ਉਹ ਪੂਰੀ ਸਪੋਰਟ ਕਰਨਗੇ ਆਮ ਆਦਮੀ ਪਾਰਟੀ ਨੂੰ, ਜਾਂ ਫਿਰ ਜਿਹੜੇ ਪੁਰਾਣੇ ਸਮੇਂ ਦੇ ਵਿੱਚ ਜਿਹੜੇ ਉਹ ਜਿਹੜਾ ਟਾਈਮ ਲੰਘ ਕੇ ਗਿਆ ਪਹਿਲਾਂ ਤਾਂ ਸਪੋਰਟ ਹੋਈ ਆ ਲੋਕੇ, ਹੁਣ ਸ਼ਰਿਆਮ ਕਰੂਗੇ ਅਸੀਂ ਵੀ ਕਰਾਂਗੇ, ਅੱਗੇ ਲੋਕੇ ਕਰਦੇ ਹੁਣ ਸ਼ਰਿਆਮ। ਬਿਲਕੁਲ ਇੱਦਾਂ ਹੀ ਆ। ਠੀਕ ਹੈ। ਅੱਛਾ ਸਰ, ਜਿਹੜਾ ਯੂਥ ਸਾਡਾ ਨਸ਼ਾ ਜਾ ਰਿਹਾ, ਤੁਸੀਂ ਉਹਨਾਂ ਨੂੰ ਕੀ ਮਤਲਬ ਸੁਝਾਅ ਦੇਣਾ ਚਾਹੁੰਦੇ ਹੋ? ਜੇ ਸਾਡੇ ਯੂਥ ਲਾ ਲਓ 2% ਲਾ ਲਓ, ਹੁਣ ਜਿਹੜੇ ਤੁਸੀਂ ਨਸ਼ੇ ਦੀ ਗੱਲ ਕਰਦੇ ਆ ਨਾ, ਹਾਂ ਤਾਂ ਪਹਿਲਾਂ ਜਿਹੜਾ ਜਿੱਦਾਂ ਹੁਣ ਸਾਡੇ ਟਾਈਮ 'ਤੇ ਸੀਗਾ ਹਰੇਕ ਤੀਸਰਾ ਬੰਦਾ ਨਸ਼ਾ ਕਰਦਾ ਸੀ, ਅਸੀਂ ਵੀ ਵਿੱਚੇ ਹੀ ਆਉਂਦੇ ਹਾਂ, ਠੀਕ ਹੈ ਨਾ। ਜਿਹੜਾ ਹੁਣ ਅੱਜ ਕੱਲ੍ਹ ਇਸ ਕੰਮ ਤੋਂ ਬਚਾ ਆ, ਪਰ ਆਹ ਸਾਡੇ ਨਾਲ ਦਾ ਪਿੰਡ ਆ, ਜਿੰਨੀ ਟ੍ਰੈਫਿਕਿੰਗ ਆ ਡਰੱਗਸ ਦੀ ਸਾਰੀ ਆਹ ਹੀ ਆ। ਅੱਛਾ, ਅਸੀਂ ਡਰਦੇ ਮੋਟਰਾਂ ਨੂੰ ਨਹੀਂ ਚਾਹੀਦਾ ਰਾਤ ਨੂੰ, ਮਤਲਬ ਇੰਨੀ ਲੁੱਟ ਖੋ ਆ, ਲੁੱਟ ਖੋ ਨਹੀਂ ਉਹ ਡਰੱਗ ਸਪਲਾਈਂਗ। ਅੱਛਾ, ਸਿੱਧਾ ਸਪਲਾਇਰ ਹੀ ਆ? ਸਪਲਾਇਰ ਹੀ ਆ, ਜੇ ਰੋਕਦੇ ਆ ਤਾਂ ਮਗਰ ਪੈਂਦੇ ਆ, ਮੈਨੂੰ 2 ਵਾਰੀ ਪਏ। ਅੱਛਾ, ਕੀ ਕਰ ਸਕਦੇ ਆ ਉਹਦਾ? ਤੇ ਤੁਸੀਂ ਕਦੀ ਕੰਪਲੇਂਟ ਨਹੀਂ ਕੀਤੀ ਇਸ ਚੀਜ਼ ਦੀ? ਕੰਪਲੇਂਟ ਬਹੁਤ ਥਾਣੇ ਆ। ਅੱਛਾ, ਤੇ ਕੋਈ ਕਾਰਵਾਈ? ਕੁਛ ਨਹੀਂ, ਕੁਛ ਨਹੀਂ। ਉਹ ਆਪ ਡਰਦੇ? ਇਹ ਕੀ ਪਤਾ ਹੁਣ ਡਰਦੇ ਆ ਕਿ ਮਿਲ ਬੈਠਦੇ ਆ ਦੋ ਯਾਰ। ਠੀਕ ਹੈ, ਮਤਲਬ ਉਹਨਾਂ ਨੂੰ ਪੁੱਛਣਾ ਪੈਣਾ ਮੌਕੇ ਦਾ ਅਫਸਰ ਕੌਣ ਆ। ਬਿਲਕੁਲ ਜੀ, ਬਿਲਕੁਲ ਜੀ, ਬਿਲਕੁਲ। ਹੁਣ ਜੇ ਨਵਾਂ ਅਫਸਰ ਆ ਗਿਆ ਆਪਾਂ ਉਹਨੂੰ ਨਹੀਂ ਨਾ ਕਹਿ ਸਕਦੇ। ਬਿਲਕੁਲ ਜੀ, ਬਿਲਕੁਲ, ਇਹ ਕੰਪਲੇਂਟ ਕੀਤੀ ਨੂੰ ਸਾਲ ਤੋਂ ਉੱਪਰ ਹੋ ਗਿਆ, ਹੁਣ ਜਿਹੜਾ ਹੁਣ ਇਸ ਵੇਲੇ ਅਫਸਰ ਹੋਇਆ ਆਪਾਂ ਉਹਨੂੰ ਥੋੜ੍ਹੀ ਕਹਿ ਸਕਦੇ। ਬਿਲਕੁਲ ਜੀ, ਬਿਲਕੁਲ ਬਿਲਕੁਲ ਬਿਲਕੁਲ, ਇਹ ਤਾਂ ਗੱਲ ਸਹੀ ਤੁਹਾਡੀ। ਅੱਛਾ, ਸ਼ੁਕਰੀਆ ਸਰ, ਤੁਹਾਡਾ ਬਹੁਤ ਬਹੁਤ ਮਿਹਰਬਾਨੀ, ਤੁਸੀਂ ਆਪਣੇ ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਸਤਿ ਸ਼੍ਰੀ ਅਕਾਲ ਮੈਡਮ। ਸਤਿ ਸ਼੍ਰੀ ਅਕਾਲ ਮਾਤਾ ਜੀ। ਕੀ ਨਾਮ ਜੀ ਆਪਣਾ? ਅਵਤਾਰ ਕੌਰ। ਹਾਂਜੀ, ਅਵਤਾਰ ਕੌਰ। ਅਵਤਾਰ ਕੌਰ, ਪਿੰਡ ਦੀ ਪੰਚਾਇਤ ਤੋਂ ਖੁਸ਼ ਹੋ? ਕੰਮ ਵਧੀਆ ਹੋਣ ਡੇ ਤੁਹਾਡੇ? ਜਮਾਦਾਰ ਚਾਹੀਦਾ ਆ। ਅੱਛਾ, ਸਰਪੰਚ ਸਾਹਿਬ ਨੂੰ ਕਿਹਾ ਹੋਇਆ ਇਸ ਗੱਲ ਦਾ? ਅੱਛਾ, ਹੁਣ ਕਿਹਾ ਆ? ਓਕੇ, ਪਹਿਲੋਂ ਕਾਹਤੋਂ ਨਹੀਂ ਕਿਹਾ? ਮਤਲਬ ਤੁਸੀਂ ਸਭ ਨੂੰ ਕੋਲ ਜਾਏ? ਅੱਛਾ, ਓਕੇ। ਵੈਸੇ ਤਾਂ ਪੰਚਾਇਤ ਕਹਿੰਦੀ ਹੈ। ਹਾਂਜੀ 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 ਹਾਂਜੀ, ਠੀਕ ਹੈ ਠੀਕ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਮਾੜਾ ਖੜੇ ਹੋ ਜੋ, ਤੇ ਨਰੇਗਾ ਦੇ ਹੋ, ਤੁਹਾਡੀ ਹਾਜ਼ਰੀ ਲੱਗੀ ਜਾਂਦੀਆਂ, ਟਾਈਮ ਟੂ ਟਾਈਮ ਤੁਹਾਨੂੰ ਪੈਸੇ ਆਈ ਜਾਂਦੇ ਆ, ਇਸ ਪੰਚਾਇਤ ਤੋਂ ਖੁਸ਼ ਹੋ? ਅਗਲੀ ਇਹਨਾਂ ਨੂੰ ਚੁਣਨਾ ਜਾਂ ਕਿਸੇ ਹੋਰ ਨੂੰ? ਤੁਸੀਂ ਕੀ ਕਹਿਣਾ ਚਾਹੁੰਦੇ ਮਾਤਾ ਜੀ? ਅਸੀਂ ਤਾਂ ਕਹਿੰਦੇ ਸਾਡਾ ਮੁੰਡਾ ਹੀ ਸਰਪੰਚ ਬਣੇ। ਅੱਛਾ, ਹੋਰ ਵਧੀਆ ਆ? ਜਿਹੜੇ ਹੁਣ ਕੰਮ ਹੋਏ ਤੁਹਾਨੂੰ ਕੀ ਲੱਗਦਾ? ਬਹੁਤ ਵਧੀਆ ਹੋਏ ਆ। ਅੱਛਾ, ਬਹੁਤ ਵਧੀਆ ਹੋਏ? ਬਹੁਤ ਵਧੀਆ ਹੋਏ ਆ, ਬਹੁਤ ਵਧੀਆ ਕੀਤਾ ਮੁੰਡੇ ਤਾਂ। ਅੱਛਾ, ਬਹੁਤ ਵਧੀਆ ਕੀਤਾ, ਸਾਡੀ ਟੋਟ ਨੇ ਜੀ, ਸਾਡੀ ਟੋਟ ਇਹਨੂੰ ਬਣਾ ਕੇ ਦਿੱਤੀ। ਕੀ ਬਾਤ ਹੈ, ਬਾਕੀ ਦੀਆਂ ਸਰਪੰਚਾਂ ਨੇ ਨਹੀਂ ਬਣਾ ਕੇ ਦਿੱਤੀ। ਦੇ ਲੋ, ਇਹ ਸਰਕਾਰ ਤੱਕ ਗੱਲ ਪਹੁੰਚਣੀ ਹੈ, ਪਹੁੰਚਿਆ ਜਿੱਥੇ ਤੱਕ ਮਰਜ਼ੀ। ਕੋਈ ਡੀਸੀ ਆਲ ਵੀ ਬਾਲਿਆਂ ਦੇ ਪੈਸੇ ਨਹੀਂ ਆਉਂਦੇ ਸੀ, ਇਹਨਾਂ ਨੇ ਦਵਾਈ, ਬਾਲਿਆਂ ਦੇ ਪੈਸੇ ਨਹੀਂ ਸੀ ਆਉਂਦੇ, ਇਹਨਾਂ ਨੇ ਦਵਾਈ ਤਾਂ ਅਸੀਂ ਹੱਕ ਉਠਾ ਕੇ ਛੱਤਿਆ। ਓਕੇ, ਹਾਂਜੀ, ਇਹ ਤਾਂ ਸਾਡੇ ਕਮਰੇ 'ਚ ਆਉਂਦੇ, ਕੋਠੇ। ਅੱਛਾ, ਕੋਠੇ 'ਚ ਆਉਂਦੇ ਸੀ ਸਾਡੇ। ਕੀ ਬਾਤ ਹੈ ਜੀ, ਕੀ ਬਾਤ ਹੈ। ਹਾਂਜੀ, ਸ਼ੁਕਰੀਆ ਜੀ। ਤੁਸੀਂ ਮੈਡਮ ਕੀ ਕਹਿਣਾ ਚਾਹੁੰਦੇ ਹੋ ਜੀ, ਇਸ ਪੰਚਾਇਤ ਤੋਂ ਖੁਸ਼ ਹੋ? ਹਾਂਜੀ, ਖੁਸ਼ ਹਾਂ ਜੀ। ਖੁਸ਼ ਹੋ? ਪਹਿਲੇ ਹਾਲਾਤ ਕਿੱਦਾਂ ਦੇ ਸੀਗੇ ਕੁਲਵਿੰਦਰ ਪਿੰਡ ਦੇ? ਪਹਿਲਾਂ ਵੀ ਮਾੜੀ ਸੀਗੀ ਥੋੜੇ ਬੋਤੇ, ਕੁਛ ਚੰਗੇ ਹੋ ਗਏ ਹੁਣ, ਇਹਨਾਂ ਮਨ ਦਾ ਕੁਛ ਠੀਕ ਹੋ ਗਿਆ, ਠੀਕ ਹੋ ਗਿਆ। ਤੁਸੀਂ ਮੰਗ ਕੀ ਰੱਖਦੇ ਆ? ਠੀਕ ਹੈ, ਸ਼ੁਕਰੀਆ। ਭਗਵੰਤ ਮਾਨ ਨੇ ਜੀ ਵਾਅਦਾ ਕੀਤਾ ਸੀ ਵੀ ਮੈਂ ਜਦੋਂ ਬਣ ਗਿਆ 1000 ਰੁਪਇਆ ਪਾਇਆ ਕਰੂੰਗਾ, ਮਹੀਨੇ ਦੀ ਮਹੀਨੇ, ਤਾਂ ਹਜੇ ਤੱਕ 1 ਰੁਪਇਆ ਨਹੀਂ ਆਇਆ ਸਾਨੂੰ ਜੀ। ਅੱਛਾ, ਇਹ ਆਪਣੇ ਬਾਰੇ ਤੋਂ ਮੁਕਰ ਰਹੇ ਨੇ? ਪੁੱਛੋ ਸਰਕਾਰ ਨੂੰ ਤੁਸੀਂ, ਆਪਣੇ ਤੁਸੀਂ ਕੀ ਕਹਿਣਾ ਚਾਹੁੰਦੇ, ਤੁਹਾਨੂੰ ਵੀ ਇਸ ਚੀਜ਼ ਦਾ ਤੁਸੀਂ ਕੀ ਕਹਿਣਾ ਚਾਹੁੰਦੇ ਜੀ? ਅਸੀਂ ਵੀ ਇਹੀ ਕਹਾਂਗੇ, ਹੋਰ ਇੱਕ ਤਾਂ ਸਕੂਲ ਪਲੱਸ ਤੱਕ ਹੋਣਾ ਚਾਹੀਦਾ ਬੱਚਿਆਂ ਦਾ। ਹਾਂਜੀ, ਗਵਰਨਮੈਂਟ ਸਕੂਲ। ਓਕੇ, ਤੇ ਬਾਕੀ ਆ ਸੜਕਾਂ ਦੇਖੋ, ਪਾਣੀ ਦਾ, ਹਾਂਜੀ, ਜਗ੍ਹਾ ਜਗ੍ਹਾ ਤੇ ਪਾਣੀ ਖੜ ਜਾਂਦਾ, ਬੱਚੇ ਬੱਚਿਆਂ ਨੂੰ ਨਿਕਲਣਾ ਔਖਾ ਹੋ ਜਾਂਦਾ ਆ, ਨਹੀਂ ਆਉਂਦਾ ਆ। ਓਕੇ, ਅੱਛਾ, ਜਿੱਦਾਂ 1000 ਰੁਪਏ ਦੀ ਗੱਲ ਕੀਤੀ, ਅੱਜ ਤਾਂ ਸਰਕਾਰ ਨੇ ਕਿਹਾ ਸੀਗਾ ਕਿ 1000 ਰੁਪਇਆ ਪਾਵਾਂਗੇ, ਵੋਟਾਂ ਲੈਣੀਆਂ ਹੁੰਦੀਆਂ ਉਸ ਟਾਈਮ ਤੇ ਕੁਛ ਹੁੰਦੀ ਆ, ਬਾਅਦ ਚ ਪੁੱਛੋ ਜਾਂ। ਵੈਸੇ ਜੇ ਗੱਲ ਕਰੀਏ ਤੇ ਇਹ ਡਿਮਾਂਡ ਜਿਹੜੀ ਹੈਗੀ ਆ ਤੁਹਾਡੀ ਜਨਤਾ ਦੀ ਸੀਗੀ ਜਾਂ ਫਿਰ ਉਹਨਾਂ ਨੇ ਵਾਅਦਾ ਕੀਤਾ ਸੀ ਤਾਂ ਡਿਮਾਂਡ ਹੋ ਗਈ? ਉਹਨਾਂ ਦੇ ਵਾਅਦੇ ਤੋਂ ਬਾਅਦ ਡਿਮਾਂਡ ਹੋ ਗਈ, ਤੁਹਾਡੀ ਵੋਟ ਕਿਹਨੂੰ ਗਈ ਸੀ? ਸਾਰਿਆਂ ਦੀ, ਸਾਰਿਆਂ ਦੀ ਵੋਟ ਉਹਨਾਂ ਨੇ ਗਈ ਆ। ਅੱਛਾ,
ਸਰਪੰਚ ਸਾਹਿਬ ਤੁਹਾਡਾ ਕੀ ਵਿਚਾਰ ਹੈ ਇਸ ਗੱਲ ਦੇ? ਮੇਰਾ ਵੀ ਭਾਜੀ ਇਹ ਵਿਚਾਰ ਹੈ ਕਿ ਜਿਹੜਾ ਵਿਆਹ ਕੀਤਾ ਹੈ ਚਲੋ ਗਰੀਬਾਂ ਨਾਲ ਉਹਨੂੰ ਪੂਰਾ ਕਰਨਾ ਚਾਹੀਦਾ ਹੈ, ਫਿਰ ਵੀ ਵੋਟਾਂ ਲੈਣ ਦਾ ਟਾਈਮ ਆਉਣਾ ਹੀ ਆ, ਫਿਰ ਵੀ ਤਾਂ ਆਉਣਾ ਹੀ ਆ। ਜਿਹੜੇ ਸਰਪੰਚ ਸਾਹਿਬ ਨੇ ਵਾਅਦੇ ਕੀਤੇ ਉਹ ਨਿਭਾਏ ਆ ਸਰਪੰਚ ਸਾਹਿਬ ਨੇ। ਇਹ ਵੀ ਚਲੋ ਜੋ ਤੁਹਾਡੇ ਤੁਹਾਡੇ ਪਿੰਡ ਦੇ ਸੀਐਮ ਸਾਡੇ ਸਰਪੰਚ ਸਾਹਿਬ ਹੀ ਆ। ਹਾਂਜੀ ਠੀਕ ਹੈ ਜੀ, ਖੁਸ਼ ਨੇ ਤੁਹਾਡੇ ਤੋਂ। ਸਰਪੰਚ ਸਾਹਿਬ ਨੇ ਸਾਡਾ ਪਿੰਡ ਸਵਰਗ ਬਣਨਾ ਚਾਹੀਦਾ, ਹੋਰ ਕੁਝ ਨਹੀਂ, ਚਲੋ ਗਰੀਬਾਂ ਨੂੰ 1000 ਰੁਪਏ ਦੀ ਕੋਈ ਗੱਲ ਨਹੀਂ, ਪਿੰਡ ਸਵਰਗ ਬਣ ਜਵੇ। ਹਾਂਜੀ ਪਿੰਡ ਸਵਰਗ ਬਣ ਜਵੇ, ਸਾਨੂੰ ਰੋਜੀ ਰੋਟੀ ਚਾਹੀਦੀ ਹੈ ਭਾਜੀ। ਤਾਂ ਸਾਰੇ ਕਰਦੇ ਤਾਂ ਜਿਹਨਾਂ ਦਾ ਹੁੰਦਾ ਉਹ ਜਿਮ 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 ਕਿਦਾਂ ਤੁਹਾਡੇ ਪਿੰਡ ਹੈਗਾ? ਜਾਣੇ ਲਾਉਂਦੇ ਹੈਗਾ ਤੁਸੀਂ? ਜਾਣੇ ਆ ਕਿੰਨੇ ਕੁ ਟਾਈਮ ਬਾਅਦ ਤੁਸੀਂ, ਮਤਲਬ ਕਿ ਉੱਥੇ ਕੀ ਫੈਸਿਲਿਟੀਜ਼ ਹੈਗੀ ਆ? ਕਿਤੇ ਸਾਰੀ ਵੇਟਿੰਗ ਮਸ਼ੀਨਾਂ ਪਈਆਂ ਉੱਥੇ, ਰੋਡ ਰੋਡ ਪਈਆਂ ਸਾਰੀਆਂ। ਅੱਛਾ, ਕਿੰਨੇ ਕੁ ਮੁੰਡੇ ਜਾਂਦੇ ਉੱਥੇ? ਹੈਗੇ 15 ਵੀ ਅਸੀਂ ਪਿੰਡ ਦੇ, ਬਾਕੀ ਬਾਹਰ ਵੀ ਆ ਸਕਦੇ। ਓਕੇ 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 ਠੀਕ ਹੈ, ਸ਼ੁਕਰੀਆ ਤੁਹਾਡਾ, ਬਹੁਤ ਬਹੁਤ ਮਿਹਰਬਾਨੀ ਤੁਸੀਂ ਆਪਣੇ ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਅਸੀਂ ਚਾਹੁੰਦੇ ਹਾਂ ਕਿ ਅਸੀਂ ਸਰਕਾਰ ਅੱਗੇ ਅਪੀਲ ਕਰਦੇ ਹਾਂ ਕਿ ਜਿਹੜੇ ਤੁਹਾਡੇ ਮੰਗਾਂ ਨੇ ਉਸ ਨੂੰ ਪੂਰਾ ਕੀਤਾ ਜਾਵੇ, ਤਾਂ ਜੋ ਇਸ ਪਿੰਡ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਸੰਤੁਸ਼ਟ ਹੋ ਸਕੇ। ਜਿਹੜੀ ਲੇਡੀਜ਼ ਨੇ ਗੱਲ ਕੀਤੀ ਹੈ ਕਿ ਉਹ 1000 ਰੁਪਏ ਵਾਲੀ ਗੱਲ, ਉਹ 1000 ਰੁਪਏ ਵੀ ਸਰਕਾਰ ਇਹਨਾਂ ਨੂੰ ਦੇਵੇ, ਤਾਂ ਜੋ ਜਿਹੜੇ ਮੌਕੇ ਦੀ ਸਰਕਾਰ ਆ ਉਹਨਾਂ 'ਤੇ ਵਿਸ਼ਵਾਸ ਬਣਿਆ ਰਹੇ, ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਕੋਈ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ। ਮੈਂ ਇਹੀ ਕਹਿੰਦਾ ਹੋਇਆ ਪੰਜਾਬੀ ਦੀ ਆਵਾਜ਼ ਤੋਂ ਅਮਨਪ੍ਰੀਤ ਕਪੂਰਥਲਾ। ਥੈਂਕ ਯੂ ਜੀ।